ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਤਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਧ ਰਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਨ ਜਿਨ ਤੂੰ ਨਾਹੀ ਵਿਸਰਿਆ ਜਿਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਰ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ ਸਨਮਾਨ ਯੋਗ ਗੁਰੂ ਨਿਵਾਸ ਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਪ ਸਰਬੱਤ ਮਾਈ ਭਾਈ ਬੜ ਭਾਗੀ ਹੋ ਸਮਰੱਥ ਗੁਰੂ ਦੀ ਕਿਰਪਾ ਦਾ ਸਦਕਾ
ਸਹਿਬੇ ਕਮਾਲ ਜਗਤ ਗੁਰੂ ਪਤਿਤ ਪਾਵਨ ਕਰਣਾ ਨਿਧਾਨ ਜਗਤ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਭਾਈਮਾਨ ਹੋ ਕਰਕੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਸ਼ਨ ਦਿਦਾਰੇ ਕਰਕੇ ਆਪ ਸੰਗਤਾਂ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੀ ਸਾਂਝ ਪਾਈਏ। ਆਓ ਕਰੋ ਰਸਨਾ ਨੂੰ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੇ ਖਾਲਸਾ ਜੀ, ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਮਰੱਥ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਪਵਿੱਤਰ ਹੁਕਮਨਾਮਾ ਆਪ ਸੰਗਤਾਂ ਨੇ ਇਸ ਪਾਵਨ ਸਥਾਨ ਤੇ, ਜਿੱਥੇ ਹਰ ਰੋਜ਼ ਆਪ ਸੰਗਤਾਂ ਜੁੜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਆਏ ਹੁਕਮਨਾਮੇ ਦੀ ਪਾਵਨ ਪਵਿੱਤਰ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਰਵਨ ਕਰਦੇ ਹੋ, ਅੱਜ ਵੀ ਸਰਵਨ ਕੀਤਾ ਹੈ। ਆਓ ਸਮਰੱਥ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਪਵਿੱਤਰ ਅੱਜ ਦਾ ਬਖਸ਼ਿਸ਼ ਕੀਤਾ ਮੁੱਖ ਵਾਕ ਹੈ। ਇਸ ਪਾਵਨ ਮੁੱਖ ਵਾਕ ਦੇ ਅੰਦਰ ਸਮਰੱਥ ਗੁਰੂ ਜੀ ਨੇ ਆਰੰਭ ਤੋਂ ਲੈ ਕੇ ਪਾਵਨ ਸਾਰੇ ਸ਼ਬਦ ਅੰਦਰ ਸਤਿਗੁਰੂ ਜੀ ਨੇ ਜਗਿਆਸੂ ਰਾਹੀਂ ਸਾਨੂੰ ਉਸ ਵਾਹਿਗੁਰੂ ਜੀ ਅੱਗੇ ਬੇਨਤੀਆਂ ਕਰਨ ਦੀ, ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਦੀ, ਉਹਦੀ ਸਿਫਤ ਸਲਾਂਘਾ ਕਰਨ ਦੀ ਜਾਚ ਸਿਖਾਲੀ ਹੈ। ਉਹ ਵਾਹਿਗੁਰੂ ਪਰਮਾਤਮਾ ਨੂੰ ਇੱਕ ਪੂਰਨ ਸਮੁੱਚੀ ਲੋਕਾਈ ਦਾ ਦਾਤਾ, ਸਮੁੱਚੀ ਲੋਕਾਈ ਦਾ ਮਾਲਕ, ਉਸ ਨੂੰ ਬੇਅੰਤ ਦਰਸਾਇਆ ਹੈ। ਤੋ ਆਓ ਸਤਿਗੁਰੂ ਕਿਰਪਾ ਕਰਨ, ਨਿਯਤ ਸਮੇਂ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕੀਤੀ ਹੋਈ ਸੂਝਬੂਝ ਅਨੁਸਾਰ ਇਸ ਪਾਵਨ ਸ਼ਬਦ ਦੀ ਵਿਚਾਰ ਆਪਾਂ ਸ਼ਬਦ ਦੇ ਆਰੰਭਤਾ ਤੋਂ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਸ੍ਰਵਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਧਨਾਸਰੀ ਰਾਗ ਦੇ ਅੰਦਰ ਸਮਰੱਥ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਣ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਹਜ਼ੂਰ ਸਤਿਗੁਰੂ ਜੀ ਬਖਸ਼ਿਸ਼ ਕਰਦਿਆਂ ਵਾਹਿਗੁਰੂ ਦੇ ਸਨਮੁਖ ਬੇਨਤੀ ਕਰਦਿਆਂ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਕਰਦਿਆਂ ਆਪ ਜੀ ਕਿਰਪਾ ਕਰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਦਾਤੇ ਹੋ, ਤੁਸੀਂ ਠਾਕੁਰ ਹੋ ਅਤੇ ਦਾਤੇ ਵੀ ਐਸੇ ਸਾਰਿਆਂ ਦੀ ਪਾਲਣਾ ਕਰਨ ਵਾਲੇ ਹੋ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਉਹ ਐਸੇ ਦਾਤੇ ਆ ਠਾਕੁਰ ਵੀ ਹਨ। ਗੁਰਸੰਗਤ ਜੀ ਠਾਕੁਰ ਗੁਰਬਾਣੀ ਦੇ ਅੰਦਰ ਉਸ ਵਾਹਿਗੁਰੂ ਨੂੰ ਕਿਹਾ ਗਿਆ ਜਿਹੜਾ ਵਾਹਿਗੁਰੂ ਸੰਸਾਰ ਦੀ ਉਤਪਤੀ ਲੈਤਾ
ਅਤੇ ਪਾਲਣਾ ਕਰਨ ਵਾਲਾ ਉਹਨੂੰ ਠਾਕਰ ਕਿਹਾ ਪਰਮੇਸ਼ਰ ਨੂੰ, ਜਿਹੜਾ ਸੰਸਾਰ ਨੂੰ ਰਚਦਾ ਵੀ ਹੈ, ਫਿਰ ਸਾਰਿਆਂ ਦੀ ਸੰਭਾਲ ਵੀ ਕਰਦਾ, ਪਾਲਣਾ ਵੀ ਕਰਦਾ ਤੇ ਸਾਰਿਆਂ ਦੀ ਲੈਤਾ ਵੀ ਕਰਦਾ ਹੈ। ਉਦਾਂ ਅੱਖਰੀ ਅਰਥ ਵਿਦਵਾਨਾਂ ਨੇ ਠਾਕੁਰ ਸ਼ਬਦ ਦੇ ਕੀਤੇ ਨੇ। ਠਾ ਨਾਮ ਹੈ ਸਥਿਤੀ ਦਾ, ਕਾ ਨਾਮ ਕਰਤੇ ਦਾ, ਰੂਹ ਨਾਮ ਲੈਤਾ ਕਰਨ ਦਾ, ਜੋ ਰੁਦਰ ਰੂਪ ਹੋ ਕੇ ਲੈਤਾ ਕਰਨ ਵਾਲਾ ਦਰਸਾਇਆ ਹੈ। ਔਰ ਉਹ ਵਿਚਾਰ ਹਜ਼ੂਰ ਕਹਿੰਦੇ ਨੇ ਤੁਮ ਦਾਤੇ ਠਾਕੁਰ ਪ੍ਰਤ ਪਾਲਕ। ਦਾਤੇ ਤਾਂ ਸੰਸਾਰ ਦੇ ਅੰਦਰ ਉਸ ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਨੂੰ ਪਾ ਕੇ ਦੁਨਿਆਵੀ ਕਈ ਲੋਕ ਦਾਤੇ ਬਣ ਬਹਿੰਦੇ ਹਨ, ਪਰ ਉਹ ਵਾਹਿਗੁਰੂ ਪਰਮੇਸ਼ਰ ਜੈਸੇ ਕੋਈ ਦਾਤੇ ਨਹੀਂ, ਉਹ ਠਾਕੁਰ ਨਹੀਂ ਹੋ ਸਕਦੇ। ਉਹ ਕੁਝ ਦਾਨ ਦੇ ਸਕਦੇ ਨੇ ਉਹਦੀ ਦਾਤ ਦੇ ਵਿੱਚੋਂ, ਪਰ ਉਹ ਪ੍ਰਤਪਾਲਕ ਨਹੀਂ ਹੋ ਸਕਦੇ ਹਨ। ਉਹ ਵਾਹਿਗੁਰੂ ਹੀ ਹੈ ਇੱਕ ਜਿਹੜਾ ਦਾਤਾ ਹੈ, ਮਾਲਕ ਵੀ ਹੈ, ਠਾਕੁਰ ਵੀ ਹੈ ਤੇ ਸਾਰਿਆਂ ਦੀ ਉਹ ਪਾਲਣਾ ਕਰਨ ਵਾਲਾ ਹੈ। ਇਸੇ ਕਰਕੇ ਸਮਰੱਥ ਗੁਰੂ ਜੀ ਨੇ ਉਸ ਵਾਹਿਗੁਰੂ ਜੀ ਨੂੰ ਕਿਹਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਮੁੱਚੀ ਲੋਕਾਈ ਦਾ, ਸਮੁੱਚੇ ਜੀਆਂ ਦਾ ਉਹ ਦਾਤਾ ਹੈ। ਜੀਵ ਹੀ ਇਕੱਲੇ ਮਨੁੱਖ ਮਾਤਰ ਦਾ ਦਾਤਾ ਨਹੀਂ, ਸਮੁੱਚੀ ਜਿੰਨੀ ਵਾਹਿਗੁਰੂ ਦੀ ਰਚਨਾ, ਸੂਖਮ ਸਥੂਲ ਜਿੰਨੀ ਚਾਰ ਖਾਣੀਆਂ ਦੇ ਰੂਪ ਵਿੱਚ ਕਹਿ ਦਈਏ ਨਾ, ਉਹਦੀ ਰਚੀ ਰਚਨਾ ਭਾਵੇਂ ਅੰਡ ਚ ਖਾਣੀ ਹੈ, ਭਾਵੇਂ ਜੇਰ ਚ ਹੈ, ਭਾਵੇਂ ਸਿਹਤ ਚ ਹੈ, ਭਾਵੇਂ ਉਤਭੁਜ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਸਾਰਿਆਂ ਨੂੰ ਉਤਪਤ ਕਰਨ ਵਾਲਾ, ਉਹ ਸਾਰਿਆਂ ਦਾ ਦਾਤ ਹੈ ਵਾਹਿਗੁਰੂ। ਸੰਸਾਰੀ ਦਾਤੇ ਤਾਂ ਉਹਦੀ ਦਾਤ ਨੂੰ ਪਾ ਕੇ ਕੁਝ ਹੀ ਦਾਨ ਕਰ ਸਕਦੇ ਨੇ ਜੋ ਕੁਝ ਦਿੱਤਾ, ਲੇਕਿਨ ਫਿਰ ਵੀ ਜੋ ਕੋਈ ਅੱਗੇ ਦਾਤੇ ਬਣ ਬੈਠੇ ਨੇ ਉਹਨਾਂ ਦੀਆਂ ਆਪਣੀਆਂ ਬੜੀਆਂ ਮੰਗਾਂ ਹਨ। ਐਵੇਂ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ ਹੈ, ਜੇ ਕੁਝ ਦਿੰਦਾ ਵੀ ਹੈ ਉਹਦੀ ਪਹਿਲੋਂ ਆਪਣੀ ਮੰਗ ਆ। ਜਿਹੜਾ ਵਾਹਿਗੁਰੂ ਦਾਤ ਹੈ ਉਹਦੀ ਆਪਣੀ ਕੋਈ ਮੰਗ ਨਹੀਂ ਹੈ, ਉਹ ਦੇ ਹੀ ਜਾਂਦਾ। ਉਹ ਤਾਂ ਐਸਾ ਮੇਰੇ ਸਮਰੱਥ ਗੁਰੂ ਜੀ ਕਹਿੰਦੇ ਨੇ ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਉਹ ਕੋਈ ਹੁਣ ਵਰਤਮਾਨ ਅੰਦਰ ਹੀ ਦਾਤਾ ਨਹੀਂ, ਉਹ ਤਾਂ ਆਦ ਕਾਲ ਤੋਂ ਹੀ ਦਾਤਾ ਹੈ, ਸਦਾ ਹੀ ਪਹਿਲਾਂ ਸੀ ਹੁਣ ਹੈ, ਉਹ ਅੱਗੇ ਨੂੰ ਹੋਵੇਗਾ ਦਾਤਾ। ਬਾਕੀ ਗੁਰਬਾਣੀ ਦੇ ਅੰਦਰ ਸ੍ਰੀ ਆਸਾ ਜੀ ਕੀ ਵਾਰ ਦੇ ਅੰਦਰ ਸਤਿਗੁਰੂ ਦੇ ਪਾਵਨ ਵਚਨ ਹਨ। ਵਿਦਵਾਨਾਂ ਨੇ ਕੁਝ ਦਾਤਿਆਂ ਦਾ ਜ਼ਿਕਰ ਕੀਤਾ ਇਨ੍ਹਾਂ ਪਾਵਨ ਪੰਕਤੀਆਂ ਦੇ ਅੰਦਰ। ਸਤਿਗੁਰੂ ਜੀ ਨੇ ਦਰਸਾਇਆ, ਮੇਰੇ ਸਮਰੱਥ ਗੁਰੂ ਜੀ ਕਹਿੰਦੇ ਨੇ, ਸਤੀਆਂ ਮਨ ਸੰਤੋਖ ਉਪਜੈ ਦੇਣੈ ਕਹਿ ਵਿਚਾਰ, ਦੇ ਮੰਗਹਿ ਸਹਿਸਾ ਗੁਣਾ ਸੋਭ ਕਰਹਿ ਸੰਸਾਰ। ਜਿਹੜੇ ਦੁਨਿਆਵੀ ਸੰਸਾਰੀ ਦਾਤੇ ਲੋਕ ਹਨ, ਵਾਹਿਗੁਰੂ ਦੀ ਦਿੱਤੀ ਦਾਤ ਨੂੰ ਪਾ ਕਰਕੇ ਉਹ ਕੁਝ ਇਸ ਤਰ੍ਹਾਂ ਦੇ ਦਾਨੀ, ਕੁਝ ਦਾਤੇ ਕਹੇ ਜਾ ਸਕਦੇ ਹਨ। ਉਹ ਐਸੇ ਹਨ, ਇੱਕ ਤਾਂ ਸੱਤ ਪ੍ਰਤੱਗੀ ਕੁਝ ਚੰਗੇ ਦਾਨੀ ਮੰਨੇ ਨੇ, ਜਿਹੜੇ ਕੁਝ ਦਾਨ ਦਿੰਦੇ ਨੇ, ਦਾਨ ਦੇ ਕਰਕੇ ਮਨ ਅੰਦਰ ਸੰਤੋਖ ਧਾਰਦੇ ਨੇ, ਮਨ ਅੰਦਰ ਇਹ ਖਿਆਲ ਰੱਖਦੇ ਨੇ ਵੀ ਵਾਹਿਗੁਰੂ ਨੇ ਆਹ ਕੁਝ ਸਾਨੂੰ ਦਿੱਤਾ ਤੇ ਅਸੀਂ ਇਸ ਨੂੰ ਅੱਗੇ ਸਫਲਾ ਕਰ ਲਈਏ। ਉਹ ਗੁਰਮਤ ਦੇ ਆਸੇ ਅਨੁਸਾਰ ਹੀ ਹੱਥੋਂ ਦੇ ਕੇ ਭਲਾ ਮਨਾਏ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ, ਉਹ ਵਾਹਿਗੁਰੂ ਦੀ ਦਿੱਤੀ ਦਾਤ ਪਾ ਕੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਉਂਦੇ ਨੇ, ਉਹ ਸਤੀਆਂ ਮਨ ਸੰਤੋਖ ਉਪਜੈ। ਪਰ ਦੂਜੇ ਕੁਝ ਐਸੇ ਦਾਤੇ ਵੀ ਹਨ ਜਿਹੜੇ ਦੇਣਾ ਕਹਿ ਵਿਚਾਰ, ਜਿਹੜੇ ਦਾਨ ਦੇਣ ਦੀ ਵਿਚਾਰ ਵਿੱਚ ਲੱਗੇ ਹੋਏ ਨੇ, ਪਰ ਉਹ ਕੋਲ ਹੈ ਦਿੱਤਾ ਵਾਹਿਗੁਰੂ ਦਾ ਸਭ ਕੁਝ, ਅੱਗੇ ਦੇਣ ਦੀ ਵਿਚਾਰ ਚ ਹੀ ਹਨ, ਉਹ ਦੇ ਕੁਝ ਨਹੀਂ ਸਕਦੇ ਹਨ। ਸੋਚਦੇ ਨੇ ਜੇ ਕੁਝ ਆ ਦੇ ਦਿੱਤਾ ਤਾਂ ਇਹ ਸਾਡੇ ਕੋਲ ਜੋ ਹੈ ਇਹਦੇ ਚੋਂ ਸਾਨੂੰ ਇੰਨਾ ਘਾਟਾ ਪੈ ਜਾਵੇਗਾ, ਕਿਉਂ ਦਿੱਤਾ ਜਾਵੇ। ਉਹ ਦੇਣ ਦੀ ਵਿਚਾਰ ਵਿੱਚ ਹੀ ਲੱਗੇ ਰਹਿੰਦੇ ਨੇ, ਕੁਝ ਦੇ ਨਹੀਂ ਸਕਦੇ ਹਨ।
ਜਾਂ ਜੇ ਦਿੰਦੇ ਵੀ ਨੇ ਉਹ ਦਿਨ ਰਾਤ ਦਾਨ ਦੇਣ ਦੀ ਵਿਚਾਰ ਚ ਨੇ, ਇੰਨਾ ਕੁ ਦਿੱਤਾ ਇੰਨਾ ਹੋਰ ਦੇਣਾ, ਆਹ ਦੇਣ ਨਾਲ ਇੰਨਾ ਘਾਟਾ ਪੈ ਗਿਆ, ਇੰਨਾ ਕੁਝ ਘਟ ਗਿਆ ਹੈ, ਐਸੇ ਉਹ ਦੇਣ ਦੀ ਵਿਚਾਰ ਵਿਚ ਹੀ ਹਨ। ਦੇ ਮੰਗ ਹੈ ਫਿਰ ਅੱਗੇ ਸਹਿਸਾ ਗੁਣਾ। ਕੁਝ ਐਸੇ ਲੋਕ ਨੇ ਦਾਨ ਦਿੰਦੇ ਨੇ ਪਰ ਦੇ ਕੇ ਉਹਦਾ ਫਲ ਹਜ਼ਾਰਾਂ ਗੁਣਾ ਅੱਗੇ ਮੰਗਦੇ ਹਨ। ਉਹਨਾਂ ਦੀ ਸੋਚ ਇਹ ਹੈ ਵੀ ਜੇ ਕੁਝ ਅਸੀਂ ਥੋੜਾ ਜਿਹਾ ਆ ਦਿੱਤਾ ਹੈ ਇਹਦਾ ਅੱਗੇ ਫਲ ਸਾਨੂੰ ਕਿੰਨਾ ਕੁ ਮਿਲ ਜਾਵੇਗਾ। ਉਹ ਮੁਨਾਫੇ ਦੀ ਲਾਭ ਵਿਚ ਹਨ। ਜਿਵੇਂ ਇੱਕ ਸਿਆਣਿਆਂ ਦੀ ਆਮ ਕਹਾਵਤ ਹੈ ਵੀ ਗੰਢਾ ਦਾਨ ਦੇ ਕੇ ਰੱਬ ਦੇ ਨਾਂ ਦੇ ਉੱਤੇ ਬਰਸੰਡਾ ਮੰਗਦੇ ਹਨ, ਮੰਗ ਐਡੀ ਵੱਡੀ। ਸਿਆਣਿਆਂ ਦੀ ਕਹਾਵਤ ਹੈ ਢੇਲੀ ਦੇ ਕੇ ਹਵੇਲੀ ਦੀ ਮੰਗ ਰੱਖਦੇ ਨੇ। ਇੱਕ ਢੇਲੀ ਕੋਲੋਂ ਦਾਨ ਦੇ ਕੇ ਰੱਬ ਦੇ ਨਾਂ ਤੇ ਆਸ ਰੱਖਦੇ ਨੇ ਵੀ ਸਾਨੂੰ ਇਹ ਢੇਲੀ ਦੇ ਇਵਜ ਵਿਚ ਅੱਗੋਂ ਹਵੇਲੀ ਮਹਿਲ ਮਾੜੀਆਂ ਮਕਾਨ ਮਿਲਣਗੇ, ਆਹ ਕੁਝ ਮਿਲੇਗਾ। ਉਹ ਇਸ ਤਰ੍ਹਾਂ ਦੇ ਲੋਕ ਹਨ, ਉਹ ਮਨ ਦੇ ਅੰਦਰ ਇਉਂ ਸੋਚਦੇ ਹਨ ਵੀ ਆਹ ਕੁਝ ਮਿਲੇਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੇ ਫਿਰ ਜਿਹੜੇ ਚੌਥੇ ਪ੍ਰਕਾਰ ਦੇ ਦਾਨੀ ਨੇ ਉਹ ਇਸ ਤਰ੍ਹਾਂ ਦੇ ਦਰਸਾਏ ਨੇ, ਸੋਭ ਕਰਹਿ ਸੰਸਾਰ। ਉਹ ਜਿਵੇਂ ਆਪਾਂ ਬਹੁਤ ਸਾਰੇ ਦਾਨੀ ਲੋਕਾਂ ਦੀ ਦਸ਼ਾ ਦੇਖਦੇ ਹਾਂ, ਉਹ ਕੁਝ ਜੇ ਦਿੰਦੇ ਵੀ ਨੇ ਤਾਂ ਲੋਕਾਂ ਚ ਆਪਣੀ ਉਪਮਾ ਕਰਾਵਣ ਲਈ, ਆਪਣੀ ਸੋਭਾ ਕਰਾਵਣ ਲਈ। ਧਾਰਮਿਕ ਸਥਾਨਾਂ ਦੀਆਂ ਦੀਵਾਰਾਂ ਦੇ ਉੱਤੇ ਵੱਡੇ ਵੱਡੇ ਅਸੀਂ ਸਾਈਨ ਬੋਰਡ ਲੱਗੇ ਹੋਏ ਵੇਖਦੇ ਹਾਂ, ਕਾਲੇ ਪੱਥਰ ਉਹਨਾਂ ਦੇ ਉੱਪਰ ਵੱਡੇ ਵੱਡੇ ਨਾਂ ਲਿਖੇ ਹੋਏ, ਜਾਂ ਆਮ ਸਮਾਗਮਾਂ ਦੇ ਵਿੱਚ ਸਟੇਜਾਂ ਦੇ ਉੱਤੇ ਅਨਾਊਂਸ ਕਰਾਏ ਜਾਂਦੇ ਨੇ ਫਲਾਨੇ ਨੇ ਇੰਨਾ ਕੁਝ। ਜੇ ਗੁਰੂ ਘਰ ਲਈ ਦਾਨ ਕਰ ਦਿੱਤਾ ਹੈ ਉਹ ਭਲੇ ਹੋ, ਗੁਰੂ ਘਰ ਲਈ ਅਸੀਂ ਕੀ ਦੇਣ ਵਾਲੇ ਹਾਂ। ਮੇਰੇ ਸਮਰੱਥ ਗੁਰੂ ਤਾਂ ਸਭ ਕੁਝ ਦਿੰਦੇ ਨੇ, ਅਸੀਂ ਉਹਦੇ ਵਿੱਚੋਂ ਜੇ ਤਿਲ ਫੁੱਲ ਭੇਟਾ ਗੁਰੂ ਦੀ ਰਹਿਮਤ ਪ੍ਰਾਪਤ ਕਰਨ ਲਈ, ਗੁਰੂ ਦੀ ਬਖਸ਼ਿਸ਼ ਹਾਸਲ ਕਰਨ ਲਈ, ਉਹ ਕੁਝ ਜੋ ਗੁਰੂ ਨੇ ਦਿੱਤਾ ਉਹਦੀ ਸਫਲਤਾ ਲਈ ਜੇ ਅਸੀਂ ਕੁਝ ਗੁਰੂ ਅੱਗੇ ਅਰਪਣ ਕਰ ਦਿੱਤਾ ਤੇ ਫਿਰ ਅਸੀਂ ਉਹਨੂੰ ਜਨਾਉਂਦੇ ਕੀ ਹਾਂ। ਜੇ ਉਹ ਦਿੰਦੇ ਆ ਕੁਝ ਐਸਾ ਮਨ ਅੰਦਰ ਜਨਾਉਂਦੇ ਆ ਫਿਰ ਉਹ ਸਾਰਾ ਕੁਝ ਵਿਅਰਥ ਵੀ ਹੈ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਹੀਂ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਉਹ ਮਨ ਅੰਦਰ ਜੇ ਸੂਖਮ ਹਉਮੈ ਧਾਰਨ ਕਰ ਲਈ ਹੈ ਲੋਕਾਂ ਚ ਜਨਾਉਂਦੇ ਆ, ਉਹ ਦੋਨਾਂ ਦੇਣਾ ਕੋਈ ਬਹੁਤਾ ਸਫਲਾ ਨਹੀਂ ਹੈ। ਇਸ ਕਰਕੇ ਇਸ ਤਰ੍ਹਾਂ ਦੇ ਵੀ ਸੰਸਾਰ ਦੇ ਅੰਦਰ ਦਾਤੇ ਦਾਨੀ ਮੰਨੇ ਹਨ। ਪਰ ਗੁਰਸੰਗਤ ਜੀ, ਅਸਲ ਵਿਚ ਜਿੱਡਾ ਮਰਜ਼ੀ ਕੋਈ ਵੱਡਾ ਦਾਨੀ ਬਣਿਆ ਹੋਇਆ ਪਰ ਵਾਹਿਗੁਰੂ ਦਾ ਹੀ ਉਹ ਸਭ ਕੁਝ ਉਸ ਨੂੰ ਦਿੱਤਾ ਹੋਇਆ। ਦਾਤਾ ਉਹ ਇੱਕ ਹੀ ਹੈ, ਅਸੀਂ ਸਾਰੇ ਉਸ ਵਾਹਿਗੁਰੂ ਦੇ ਦਰ ਦੇ ਮੰਗਤੇ ਹਾਂ। ਮੇਰੇ ਸਮਰੱਥ ਗੁਰੂ ਜੀ ਬਾਣੀ ਚ ਫਰਮਾਇਆ, ਦਸਮ ਪਾਤਸ਼ਾਹ ਚੋਜੀ ਪ੍ਰੀਤਮ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਵੀ ਬਚਨ ਹਨ, ਜਾਚਕ ਅਨੇਕ ਸੋ ਏਕ ਦਵਈਆ, ਜਾਚਕ ਮੰਗਤੇ ਅਣਗਿਣਤ ਹਨ, ਸਾਰੀ ਲੁਕਾਈ ਉਹਦੇ ਦਰ ਦੀ ਮੰਗਤੀ ਹੈ। ਤੇ ਏਕ ਦਵਈਆ ਦੇਣ ਵਾਲਾ ਇੱਕ ਵਾਹਿਗੁਰੂ ਦਾਤਾ ਹੈ। ਕਈ ਵਾਰੀ ਮਨੁੱਖ ਦੇ ਮਨ ਅੰਦਰ ਖਿਆਲ ਹੁੰਦਾ ਬਹੁਤ ਵੱਡਾ ਵਿਭੂਤੀ ਦਾ ਪਦਾਰਥਾਬਾਦ ਦਾ ਮਾਲਕ ਦੇਖ ਕੇ, ਜਾਂ ਅਸੀਂ ਸੰਸਾਰਾਕਾਰ ਵਿਰਤੀ ਦੇ ਨਾਲ ਸੰਸਾਰੀ ਵਿਭੂਤੀ ਦੇ ਮਾਲਕ ਕਿਸੇ ਅਸੀਂ ਰਾਜੇ ਮਹਾਰਾਜੇ ਨੂੰ, ਅੱਜ ਦੇ ਸਮੇਂ ਦੇ ਅੰਦਰ ਵੱਡੇ ਕੋਈ ਰਾਸ਼ਟਰਪਤੀ ਕਿਸੇ ਪ੍ਰਧਾਨ ਮੰਤਰੀ ਨੂੰ ਮੰਨ ਲਈਏ ਸਮਝ ਲਈਏ ਵੀ ਖਬਨੀ ਬਹੁਤ ਵੱਡਾ ਹੋਊ, ਇਹਨੂੰ ਮੰਗਣ ਦੀ ਲੋੜ ਨਹੀਂ ਹੋਵੇਗੀ, ਲੇਕਿਨ ਨਹੀਂ, ਉਹ ਵੀ ਮੰਗਤੇ ਰੂਪ ਵਿਚ ਗੁਰਬਾਣੀ ਨੇ ਦਰਸਾਇਆ। ਵਾਹਿਗੁਰੂ ਹੀ ਦਾਤਾਂ ਦੇ ਦੇਣ ਵਾਲਾ, ਹੋਰ ਕੋਈ ਨਹੀਂ ਹੈ। ਸੰਸਾਰੀ ਬਿਰਤੀ ਰੱਖਣ ਵਾਲਾ, ਤੁਸ਼ ਬੁੱਧੀ ਰੱਖਣ ਵਾਲੇ ਮਨੁੱਖ ਨੂੰ ਪ੍ਰਤੀਤ ਹੋ ਸਕਦਾ ਵੀ ਖਾਵਨੀ ਇਹ ਹੀ ਸਭ ਤੋਂ ਵੱਡਾ ਹੈ, ਪਰ ਜਦੋਂ ਸਮਝ ਪੈ ਜਾਏਗੀ ਫਿਰ ਪਤਾ ਲੱਗ ਜਾਵੇਗਾ ਵੀ ਇਹ ਵੀ ਉਹਦੇ ਕੋਲੋਂ ਮੰਗਣ ਵਾਲੇ ਨੇ। ਵਾਹਿਗੁਰੂ ਇੱਕ ਦਾਤਾਂ ਦੇ ਦੇਣ ਵਾਲਾ। ਜਿਵੇਂ ਜੇਕਰ ਆਉਂਦਾ ਹੈ ਇੱਕ ਕੋਈ ਬਾਦਸ਼ਾਹ ਜੰਗਲ ਦੇ ਅੰਦਰ ਸ਼ਿਕਾਰ ਖੇਲਣ ਵਾਸਤੇ ਗਿਆ ਹੈ, ਬਾਦਸ਼ਾਹ ਦੀ ਜਿਹੜੇ ਨਾਲ ਦੇ ਸਾਥੀ ਸਿਪਾਹੀ ਸੈਨਾ ਸੀ ਉਹ ਕਿਸੇ ਪਿੱਛੇ ਰਹਿ ਗਈ, ਸ਼ਿਕਾਰ ਵੀ ਕਹਿੰਦੇ ਜੰਗਲ ਦੇ ਵਿੱਚ ਜਾ ਕੇ ਅਲੋਪ ਹੋ ਗਿਆ। ਗਰਮੀ ਦੀ ਮੌਸਮ ਸੀ, ਬਾਦਸ਼ਾਹ ਜੰਗਲ ਦੇ ਅੰਦਰ ਬੜੀ ਪਿਆਸ ਲੱਗੀ ਆ ਤੇ ਆਪਣੇ ਸਾਥੀਆਂ ਨੂੰ ਵੀ ਨਾਲ ਲੱਭਦਾ ਤੇ ਨਾਲ ਪਾਣੀ ਦੀ ਪਿਆਸ ਦਾ ਸੰਤਾਇਆ ਹੋਇਆ ਪਾਣੀ ਦੀ ਢੂੰਡ ਵਿੱਚ ਹੈ। ਅੱਗੇ ਜੰਗਲ ਵਿੱਚ ਥੋੜਾ ਅੱਗੇ ਵਧਿਆ, ਕੀ ਵੇਖਦਾ ਪਿਆ
ਇੱਕ ਲੱਕੜਹਾਰਾ ਗਰੀਬ ਵਿਚਾਰਾ ਜਿਹੜਾ ਹਰ ਰੋਜ਼ ਜੰਗਲ ਦੇ ਵਿੱਚੋਂ ਸੁੱਕੀਆਂ ਲੱਕੜਾਂ ਇਕੱਠੀਆਂ ਕਰਕੇ ਲਿਆ ਕੇ ਸ਼ਹਿਰ ਦੇ ਅੰਦਰ ਲੱਕੜਾਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ, ਪਰਿਵਾਰ ਦਾ ਵੀ ਗੁਜ਼ਾਰਾ ਤੋਰਦਾ ਸੀਗਾ। ਉਹ ਲੱਕੜਹਾਰਾ, ਲੱਕੜਹਾਰੇ ਦੇ ਕੋਲ ਕੁਝ ਪਾਣੀ ਰੱਖਿਆ ਹੋਇਆ। ਪਿਆਸੇ ਬਾਦਸ਼ਾਹ ਨੇ ਲੱਕੜਹਾਰੇ ਦੇ ਕੋਲ ਜਾ ਕੇ ਪਾਣੀ ਮੰਗਿਆ। ਲੱਕੜਹਾਰੇ ਨੇ, ਲੱਕੜਾਂ ਕੱਟਣ ਵਾਲੇ ਨੇ ਉਸੇ ਵੇਲੇ ਹੀ ਉਸ ਬਾਦਸ਼ਾਹ ਨੂੰ ਪਾਣੀ ਪਿਲਾ ਦਿੱਤਾ। ਹੁਣ ਵਿਚਾਰਾ ਗਰੀਬ ਲੱਕੜਹਾਰਾ, ਉਸਨੂੰ ਕੀ ਪਤਾ ਵੀ ਇਹ ਕੌਣ ਆ ਪਾਣੀ ਪੀਵਣ ਵਾਲਾ। ਆਮ ਮਨੁੱਖ ਜਾਣ ਕੇ ਉਸਨੇ ਪਾਣੀ ਪਿਲਾ ਦਿੱਤਾ। ਪਾਣੀ ਪੀ ਕੇ ਕਹਿੰਦੇ ਉਹ ਬਾਦਸ਼ਾਹ ਬੜਾ ਪ੍ਰਸੰਨ ਹੋਇਆ, ਬਹੁਤ ਖੁਸ਼ ਹੋ ਗਿਆ। ਖੁਸ਼ ਹੋ ਕੇ ਉਸ ਲੱਕੜਹਾਰੇ ਨੂੰ ਕਹਿਣ ਲੱਗਿਆ, ਬਈ ਮੈਂ ਇਸ ਰਿਆਸਤ ਦਾ ਰਾਜਾ ਹੈ, ਪਰ ਹੁਣ ਮੇਰੇ ਕੋਲ ਇਸ ਵੇਲੇ ਕੋਲ ਕੁਝ ਨਹੀਂ ਹੈ ਮੇਰੇ ਜਿਹੜਾ ਮੈਂ ਤੈਨੂੰ ਦੇ ਦੇਵਾਂ। ਮੈਂ ਤੇਰੇ ਤੇ ਪ੍ਰਸੰਨ ਬਹੁਤ ਹੋਏ ਆ, ਬੜੀ ਪਿਆਸ ਲੱਗੀ ਸੀ, ਇੱਕ ਤਰ੍ਹਾਂ ਤਾਂ ਮੈਨੂੰ ਜੀ ਦਾਨ ਦੇ ਦਿੱਤਾ, ਮੇਰੇ ਪ੍ਰਾਣ ਬਚਾ ਦਿੱਤੇ ਪਾਣੀ ਪਿਆ ਕਰਕੇ। ਮੈਂ ਤੇਰੇ ਤੇ ਬੜਾ ਪ੍ਰਸੰਨ ਆ, ਚੰਗਾ ਆ ਲੈ ਮੈਂ ਤੈਨੂੰ ਇੱਕ ਆਪਣੀ ਨਿਸ਼ਾਨੀ ਦਿੰਦਾ ਮੁੰਦਰੀ, ਇਹ ਮੇਰੀ ਮੁੰਦਰੀ ਹੈ, ਤੂੰ ਕੋਲ ਰੱਖ। ਮੈਂ ਆਪਣੇ ਮਹਿਲਾਂ ਦੇ ਵਿੱਚ ਜਦ ਕੋਈ ਆਪਣੇ ਰਾਜ ਵਿੱਚ ਹੋਵਾਂਗਾ, ਤੈਨੂੰ ਕੁਝ ਲੋੜ ਹੋਊ ਨਾ, ਐਵੇਂ ਤੈਨੂੰ ਮੇਰੇ ਸੰਤਰੀਆਂ ਨੇ, ਪਹਿਰੇਦਾਰਾਂ ਨੇ ਅੰਦਰ ਆਉਣ ਨਹੀਂ ਦੇਣਾ, ਆਹ ਮੇਰੀ ਨਿਸ਼ਾਨੀ ਵਿਖਾ ਕੇ ਤੂੰ ਮੇਰੇ ਕੋਲ ਅੰਦਰ ਆ ਕੇ ਮਿਲੀ, ਤੈਨੂੰ ਕੋਈ ਨੀ ਰੋਕੇਗਾ, ਮੇਰੀ ਜਿਹੜੀ ਨਿਸ਼ਾਨੀ ਹੈ ਮੁੰਦਰੀ ਦੇਖ ਕੇ ਤੂੰ ਮੇਰੇ ਕੋਲ ਆਈ, ਮੈਂ ਤੈਨੂੰ ਬਹੁਤ ਕੁਝ ਦੇਵਾਂਗਾ। ਇਹ ਕੁਝ ਦੇ ਕੇ ਮੁੰਦਰੀ ਨਿਸ਼ਾਨੀ ਬਾਦਸ਼ਾਹ ਚਲਿਆ ਗਿਆ। ਲੱਕੜਹਾਰਾ ਵੀ ਆਪਣੇ ਘਰ ਆਇਆ, ਆਪਣੇ ਘਰ ਵਾਲੀ ਨੂੰ ਸਾਰੀ ਗੱਲ ਦੱਸੀ ਲੱਕੜਹਾਰੇ ਨੇ। ਉਹਦੇ ਘਰ ਵਾਲੀ ਕਹਿਣ ਲੱਗੀ, ਫਿਰ ਕਿਉਂ ਨੀ ਤੁਸੀਂ ਬਾਦਸ਼ਾਹ ਦੇ ਕੋਲ ਜਾ ਕੇ ਕੁਝ ਲੈ ਲੈਂਦੇ, ਕਿੰਨੇ ਆਪਾਂ ਗਰੀਬ ਆ, ਕਿੰਨਾ ਪਰਿਵਾਰ ਤੰਗ ਹੈ, ਕਿੰਨੀ ਗਰੀਬੀ ਆ, ਜਾਓ ਬਾਦਸ਼ਾਹ ਦੇ ਕੋਲ ਜਾ ਕੇ ਮੁੰਦਰੀ ਕੀ ਪਤਾ ਕੀ ਦੇਵੇਗਾ ਉਹ। ਕਹਿੰਦੇ ਕੁਦਰਤੀ ਜਦੋਂ ਲੱਕੜਹਾਰਾ ਰਾਜੇ ਦੇ ਮਹਿਲਾਂ ਦੇ ਵਿੱਚ ਅੱਗੇ ਸੰਤਰੀ ਪਹਿਰੇ ਤੇ ਸਨ, ਉਹਨਾਂ ਨੂੰ ਮੁੰਦਰੀ ਦਿਖਾਈ, ਦੇਖਦਿਆਂ ਸਾਰੀ ਉਹਨਾਂ ਨੇ ਅੰਦਰ ਲੰਘਾ ਦਿੱਤਾ। ਨਿਸ਼ਾਨੀ ਐਸੀ ਸੀ ਬਾਦਸ਼ਾਹ ਦੀ, ਉਹ ਰੋਕ ਨਹੀਂ ਸਕੇ ਉਸ ਨੂੰ, ਲੱਕੜਹਾਰੇ ਨੂੰ ਅੰਦਰ ਚਲਿਆ ਗਿਆ। ਜਦੋਂ ਅੱਗੇ ਦੇਖਿਆ ਤਾਂ ਬਾਦਸ਼ਾਹ ਕੀ ਕਰ ਰਿਹਾ, ਕਹਿੰਦੇ ਵਾਰ ਵਾਰ ਧਰਤੀ ਦੇ ਉੱਤੇ ਸਿਜਦਾ ਕਰਦਾ, ਵਾਰ ਵਾਰ ਮਸਤਕ ਟੇਕਦਾ, ਤੇ ਰਾਜੇ ਨੂੰ ਇਹ ਹੈ ਵੀ ਇੱਥੇ ਮੇਰੇ ਕੋਲੇ ਕੋਈ ਨਹੀਂ, ਵਾਰ ਵਾਰ ਬੋਲ ਕੇ ਖੁਦਾ ਦੇ ਕੋਲੋਂ ਮੰਗ ਰਿਹਾ ਹੈ, ਖੁਦਾ ਆਏ ਅੱਲਾਹ ਆ ਇੰਨਾ ਜਿਹੜਾ ਰਾਜ ਹੈ ਇਹਦੇ ਵਿੱਚ ਹੋਰ ਇੰਨਾ ਰਾਜ, ਫਲਾਨਾ ਜਿਹੜਾ ਗੁਆਂਢੀ ਉਹ ਰਾਜ ਵੀ ਮੇਰੇ ਕੋਲ ਆ ਜਾਵੇ, ਮੇਰੇ ਕੋਲ ਇੰਨਾ ਕੁ ਖਜ਼ਾਨਾ, ਮੇਰਾ ਇੰਨਾ ਖਜ਼ਾਨਾ ਹੋਰ ਵੱਧ ਜਾਵੇ। ਤੇ ਲੱਕੜਹਾਰੇ ਨੇ ਪਿੱਛੇ ਖੜਿਆ ਸਾਰਾ ਖਲੋਤਿਆਂ ਸੁਣਿਆ ਤੇ ਮਨ ਚ ਸੋਚਿਆ, ਮਨਾ ਮੈਂ ਤਾਂ ਇਹਨੂੰ ਦਾਤਾ ਸਮਝ ਕੇ ਆਇਆ ਸੀ, ਵੀ ਸਭ ਤੋਂ ਵੱਡਾ ਦਾਤਾ ਮੈਨੂੰ ਦੇਵੇਗਾ, ਕੁਝ ਤਾਂ ਮੰਗਦਾ, ਇਹ ਤਾਂ ਆਪ ਮੰਗੀ ਜਾਂਦਾ। ਉਸੇ ਪੈਰੀ ਕਹਿੰਦੇ ਲੱਕੜਹਾਰਾ ਵਾਪਸ ਨੂੰ ਪਰਤਿਆ ਤੇ ਜਦੋਂ ਪਹਿਰੇਦਾਰਾਂ ਦੇ ਕੋਲ ਆ ਕੇ ਲੰਘਣ ਲੱਗਿਆ, ਕਹਿਣ ਲੱਗੇ ਮਿਲੇ ਬਾਦਸ਼ਾਹ ਨੂੰ, ਉਹ ਕਹਿਣ ਲੱਗਿਆ ਨਹੀਂ ਮੈਂ ਨਹੀਂ ਮਿਲਿਆ। ਕਹਿੰਦੇ ਕੀ ਗੱਲ, ਮਿਲਿਆ ਕਿਉਂ ਨੀ? ਕਹਿੰਦਾ ਆਇਆ ਸੀ ਕੁਝ ਲੈਣ ਵਾਸਤੇ, ਆ ਨਿਸ਼ਾਨੀ ਸੀ ਬਾਦਸ਼ਾਹ ਨੇ ਦਿੱਤੀ ਮੈਨੂੰ, ਮੈਂ ਤੈਨੂੰ ਬੜਾ ਕੁਝ ਦੇਵਾਂਗਾ, ਪਰ ਮੈਨੂੰ ਤਾਂ ਹੁਣ ਸਮਝ ਪਈ ਆ, ਪਤਾ ਹੁਣ ਚੱਲਿਆ ਵੀ ਤਾਂ ਮੰਗਤਾ। ਕਹਿੰਦੇ ਮੰਗਤਾ ਬਾਦਸ਼ਾਹ ਨੂੰ ਤੁਸੀਂ ਮੰਗਤਾ? ਕਹਿੰਦੇ ਉਹ ਕਹਿਣ ਲੱਗਿਆ ਹਾਂ, ਉਹ ਆ ਕੁਝ ਮੰਗਦਾ ਮੈਂ ਸੁਣਿਆ। ਤੇ ਉਹ ਅੱਗੋਂ ਪਹਿਰੇਦਾਰ ਕਹਿਣ ਲੱਗੇ, ਉਹ ਤਾਂ ਰੱਬ ਤੋਂ ਮੰਗਦਾ, ਖੁਦਾ ਤੋਂ ਮੰਗਦਾ। ਤੇ ਕਹਿਣ ਲੱਗਿਆ ਲੱਕੜਹਾਰਾ, ਕਹਿੰਦਾ ਜਿਸ ਖੁਦਾ ਤੋਂ ਇਹ ਮੰਗਦਾ ਤੇ ਕੀ ਫਿਰ ਉਹ ਖੁਦਾ ਦੇ ਕੋਲੋਂ ਮੈਂ ਨਹੀਂ ਮੰਗ ਸਕਾਂਗਾ? ਮੈਂ ਮੰਗਤੇ ਦੇ ਕੋਲੋਂ ਕੁਝ ਨਹੀਂ ਮੰਗਣਾ, ਮੈਂ ਵੀ ਉਸ ਖੁਦਾ ਦੇ ਕੋਲੋਂ ਮੰਗਾਂਗਾ। ਉਹ ਇਹਦਾ ਕੱਲੇ ਦਾ ਨਹੀਂ ਦੇਣ ਵਾਲਾ ਜੀ ਤੋਂ ਉਹ ਮੰਗਦਾ, ਆਪਣ ਬਾਪਣ ਨਾਹੀ ਕਿਸੇ ਕੋ ਭਾਵਨ ਕੋ, ਹਰ ਰਾਜਾ ਉਹ ਤਾਂ ਸਾਰਿਆਂ ਦਾ। ਉਹਨੂੰ ਮੇਰੇ ਸਤਿਗੁਰੂ ਨੇ ਕਿਹਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਪਰ ਅਸੀਂ ਅਗਿਆਨਤਾ ਵਿੱਚ ਘਿਰੇ ਹੋਏ ਆ, ਅਸੀਂ ਮੰਗਤਿਆਂ ਦੇ ਕੋਲੋਂ ਮੰਗਦੇ ਆ, ਅਸੀਂ ਉਹ ਕੁਝ ਮੰਗਦੇ ਆ ਜਿਹੜਾ ਸਾਨੂੰ ਮੰਗਣਾ ਨਹੀਂ ਚਾਹੀਦਾ। ਮੇਰੇ ਸਮਰੱਥ ਸਤਿਗੁਰੂ ਨੇ ਤਾਂ ਸਾਨੂੰ ਇੱਕ ਵਾਹਿਗੁਰੂ ਤੋਂ ਮੰਗਣ ਲਈ ਕਿਹਾ, ਉਹ ਤੋਂ ਸਿਵਾਏ ਹੋਰ ਕਿਸੇ ਤੋਂ ਕੁਝ ਮੰਗਣ ਲਈ ਨਹੀਂ ਕਿਹਾ ਹੈ, ਉਹਦੇ ਕੋਲੋਂ ਮੰਗੀਏ। ਪਰ ਅਸੀਂ ਅਗਿਆਨੀ ਆ, ਜੇ ਕੁਝ ਸਾਨੂੰ ਸਮਝ ਵੀ ਪੈ ਗਈ ਨਾ ਵੀ ਉਹ ਤੋਂ ਮੰਗਣਾ, ਤਾਂ ਅਸੀਂ ਆ ਕੇ ਗੁਰੂ ਦੇ ਕੋਲ ਵੀ ਕੁਝ ਉਹ ਮੰਗਦੇ ਆ ਜਿਹੜਾ ਨਹੀਂ ਮੰਗਣ ਯੋਗ। ਅਸੀਂ ਕਈ ਵਾਰੀ ਮੰਗਦੇ ਵੀ ਉਹ ਕੁਝ ਆ। ਮੇਰੇ ਸਤਿਗੁਰੂ ਜੀ ਨੇ ਤਦ ਹੀ ਬਾਣੀ ਚ ਕਿਹਾ, ਮੰਮਾ ਮੰਗਣ ਹਾਰ ਏਆਨਾ, ਦੇਣ ਹਾਰ ਦੇ ਰਹੇ ਹੋ ਸੁਜਾਨਾ ਜੀ, ਅਣਜਾਣ ਆ ਮੰਗਣ ਵਾਲੇ।
ਜਿਹੜਾ ਕੁਝ ਉਹਨੇ ਦੇ ਹੀ ਜਾਣਾ ਉਹ ਅਸੀਂ ਮੰਗੀ ਜਾਂਦੇ ਹਾਂ। ਇਹ ਸਾਰਾ ਕੁਝ ਉਹਨੇ ਸੁਭਾਵਿਕ ਹੀ ਦੇ ਦੇਣਾ ਹੈ, ਤਾਂ ਜਿਹੜਾ ਕੁਝ ਮੰਗਣਾ ਚਾਹੀਦਾ ਉਹ ਨਹੀਂ ਮੰਗਦੇ ਆ। ਮੰਮਾ ਮੰਗਣ ਹਾਰ ਇਆਨਾ, ਦੇਣ ਹਾਰ ਦੇ ਰਹੋ ਸਜਾਨਾ, ਜੋ ਦਿਨੋ ਸੋ ਏਕੇ ਬਾਰ, ਮਨ ਮੂਰਖ ਕਹਿ ਕਰੇ ਪੁਕਾਰ, ਜੋ ਮੰਗਹਿ ਤੋ ਮੰਗਹਿ ਬੀਆ, ਜਾਂ ਤੇ ਕੁਸਲ ਨਾ ਕਾਹੂ ਥੀਆ, ਮੰਗਣ ਮਾਂਗ ਤਾਂ ਏਕ ਹੈ ਮਾਂਗ, ਨਾਨਕ ਜਾਂ ਤੇ ਪਰੇ ਪਰਾਗ। ਫਿਰ ਗੁਰਸੰਗਤ ਜੀ ਜਿਹਦੇ ਕੋਲ ਅਸੀਂ ਮੰਗਦੇ ਹਾਂ ਉਹਦੇ ਕੋਲ ਕਿੰਨਾ ਕੁ ਕੁਝ ਆ, ਕੀ ਦੇ ਦੇਵੇਗਾ ਕੋਈ, ਕਿੰਨਾ ਕੁ ਕੁਝ ਦੇ ਦੇਵੇਗਾ। ਜਿਹਦੇ ਕੋਲ ਹੈ ਕੁਝ ਨਹੀਂ ਹੈ ਉਹ ਅੱਗੇ ਦੇਵੇਗਾ ਕੀ। ਜਿਸਦਾ ਸਾਹਿਬ ਨੰਗਾ ਭੁੱਖਾ ਹੋਵੇ ਤਿਸਦਾ ਨਫ਼ਰ ਕਿੱਥੋਂ ਰੱਜ ਖਾਏ, ਉਹਦੇ ਨੌਕਰ ਨੇ ਕਿੱਥੋਂ ਰੱਜ ਕੁਝ ਖਾ ਲੈਣਾ, ਜਿਹੜਾ ਆਪ ਵੀ ਨੰਗ ਭੁੱਖ ਦਾ ਮਾਰਿਆ ਹੋਇਆ, ਜਿਹੜਾ ਆਪ ਵੀ ਅੱਗੇ ਹੋਰ ਮੰਗਦਾ ਪਿਆ ਹੱਥ ਅੜ ਕੇ, ਉਹਦੇ ਕੋਲੋਂ ਕੀ ਅਸੀਂ ਲੈ ਲਵਾਂਗੇ। ਮੰਗੀਏ ਉਹਦੇ ਕੋਲੋਂ ਜੀ ਤੋਂ ਸਭ ਕੁਝ ਮਿਲ ਜਾਵੇਗਾ। ਮੇਰੇ ਸਮਰੱਥ ਗੁਰੂ, ਜਗਤ ਗੁਰੂ, ਧੰਨ ਗੁਰੂ ਨਾਨਕ ਸੰਸਾਰ ਦੇ ਅੰਦਰ ਆਏ ਨਾ, ਗੁਰੂ ਨਾਨਕ ਦੇਵ ਜੀ ਮਹਾਰਾਜ ਮਾਤਾ ਪਿਤਾ ਦੀ ਆਗਿਆ ਮੰਨ ਕੇ, ਪਿਤਾ ਬਾਬਾ ਮਹਿਤਾ ਕਾਲੂ ਜੀ ਦੇ ਬਾਰ ਬਾਰ ਨੂੰ ਉਹਨਾਂ ਦੀ ਇੱਛਾ ਸੀ ਵੀ ਸਾਡੇ ਸਾਹਿਬਜ਼ਾਦੇ ਸਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਕੋਈ ਕੰਮ ਵਿੱਚ ਪਰਚਨ, ਕੋਈ ਕੰਮ ਕਰਨ, ਕੋਈ ਕਾਰ ਕਰਨ। ਭੈਣ ਬੇਬੇ ਨਾਨਕ ਜੀ ਦੇ ਨਾਲ ਸਤਿਗੁਰੂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਚਲੇ ਗਏ। ਸੁਲਤਾਨਪੁਰ ਦੇ ਅੰਦਰ ਦੌਲਤ ਖਾਂ ਨਵਾਬ ਦੇ ਪਾਸ ਸਮਰੱਥ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਰਤ ਕਰਨੀ ਸ਼ੁਰੂ ਕਰ ਦਿੱਤੀ, ਸਾਨੂੰ ਕਿਰਤ ਦੀ ਜਾਂਚ ਸਿਖਾਲਣ ਲਈ। ਮੇਰੇ ਸਮਰੱਥ ਗੁਰੂ ਮੋਦੀ ਖਾਨੇ ਦੇ ਵਿੱਚ ਬੈਠ ਕੇ ਮੋਦੀ ਖਾਨਾ ਚਲਾਉਂਦੇ ਨੇ। ਹੁਣ ਆਉਂਦੀ ਆ ਲੁਕਾਈ ਗੁਰੂ ਨਾਨਕ ਕੋਲੇ ਮੰਗਣ ਵਾਸਤੇ। ਗੁਰੂ ਪਿਆਰਿਓ, ਉਹ ਮੇਰੇ ਸਮਰੱਥ ਗੁਰੂ ਦਾ ਕਿਤਨਾ ਭੰਡਾਰਾ ਭਰਪੂਰ ਹੈ, ਕਿਤੇ ਥੁੜਨ ਵਾਲਾ। ਗੁਰ ਇਤਿਹਾਸ ਦੇ ਕਰਤਾ ਚੂੜਾਮਨ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਜਾਚਕ ਕਰਤ ਹੈ ਜਾਚਨਾ, ਪਾਵੇ ਹੈ ਪਰਮ ਪ੍ਰਸਾਦ। ਮੇਰੇ ਸਮਰੱਥ ਗੁਰੂ ਨਾਨਕ ਬਾਲ ਸਰੂਪ ਵਿੱਚ ਜਦੋਂ ਬੈਠੇ ਨੇ ਨਾ ਮੋਦੀ ਖਾਨੇ ਵਿੱਚ, ਜਾਚਕ ਮੰਗਣ ਵਾਲਿਆਂ ਦੀ ਬੜੀ ਭੀੜ, ਬੜਾ ਇਕੱਠ ਤਾਤਾ ਲੱਗਿਆ ਹੋਇਆ। ਜਾਚਕ ਕਰਤ ਹੈ ਜਾਚਨਾ, ਪਾਵੇ ਹੈ ਪਰਮ ਪ੍ਰਸਾਦ। ਗੁਰੂ ਨਾਨਕ ਦੀ ਕਿਰਪਾ ਪ੍ਰਾਪਤ ਕਰਦੇ ਨੇ, ਸਭ ਦੀਆਂ ਝੋਲੀਆਂ ਭਰੀ ਜਾਂਦੇ ਨੇ ਗੁਰੂ ਨਾਨਕ, ਜੋ ਕੁਝ ਆ ਕੇ ਕੋਈ ਮੰਗਦਾ। ਤੇ ਇੱਥੇ ਹੀ ਵਸ ਨਹੀਂ, ਆਪਾਂ ਵੇਖਦੇ ਹਾਂ ਨਾ ਆ ਸੰਸਾਰ ਦਾ ਰਵੀਰਾ, ਕਿਤੇ ਕੋਈ ਥੋੜੀ ਜਿਹੀ ਚੀਜ਼ ਵੰਡੀ ਦੀ ਹੋਵੇ ਨਾ, ਦੋ ਕੁ ਮਨੁੱਖ ਜਦੋਂ ਲੈ ਕੇ ਜਾਂਦੇ ਵੇਖਦੇ ਆ, ਤੀਜੇ ਵੇਖਦੇ ਨੇ ਕਿੱਥੋਂ ਲੈ ਕੇ ਆਇਆ, ਵੀ ਜਦੋਂ ਦੱਸਦਾ ਨੇ ਫਿਰ ਕਿਵੇਂ ਦੁਨੀਆ ਉਮਟ ਪੈਂਦੀ ਆ। ਹੁਣ ਜਿੱਥੇ ਮੋਦੀ ਖਾਨੇ ਦੇ ਗੁਰੂ ਨਾਨਕ ਸੁਲਤਾਨਪੁਰ ਵਿੱਚ ਝੋਲੀਆਂ ਭਰਦੇ ਹੋਣਗੇ ਤੇ ਲੈ ਕੇ ਜਾਂਦਿਆਂ ਨੂੰ ਵੇਖਦੇ ਆ, ਫਿਰ ਲੋਕ ਕਿਉਂ ਨਹੀਂ ਆਉਂਦੇ ਹੋਣਗੇ। ਭਾਈ ਸਾਹਿਬ ਜੀ ਕਹਿੰਦੇ, ਸੁਣ ਸੁਣ ਆਵਹੇ ਅਣਕ ਪੁਣ, ਦੇਵ ਹੈ ਸਭਨ ਅਨਾਦ। ਜਾਂਦਿਆਂ ਨੂੰ ਦੇਖ ਕੇ ਸੁਣ ਸੁਣ ਕੇ ਲੋਕ ਬੜੀ ਦੂਰੋਂ ਦੂਰੋਂ, ਇੰਨਾ ਇਕੱਠ ਹੋਣ ਲੱਗ ਗਿਆ ਕੋਈ ਥਾਂ ਹੀ ਨਹੀਂ। ਸੁਣ ਸੁਣ ਆਵਹੇ ਅਣਕ ਪੁਣ, ਦੇਵ ਹੈ ਸਭਨ ਅਨਾਦ। ਅਨਾਦ ਦਾ ਅਰਥ ਹੈ ਅੰਨ ਆਦ, ਜੋ ਵੀ ਕੁਝ ਮੰਗਦਾ। ਅਸਨਹੀਨ ਬਸਨ ਨਗਨ, ਕਰਤ ਅਰਥ ਨਾ ਜਾਉਣ, ਸੁਸ਼ਾ ਕੋਏ ਨਾ ਜਾਵਈ, ਜੋ ਆਵਤ ਹੈ ਭਾਉਣ। ਚੂੜਾਮਨ ਕਵੀ ਸੰਤੋਖ ਸਿੰਘ ਜੀ ਕਹਿੰਦੇ, ਅਸਨਹੀਨ ਬਸਤਰ ਤੋਂ ਜਿਹੜਾ ਨਗਨ ਹੈ, ਅਸਨ ਨਾਮ ਭੋਜਨ ਦਾ, ਭੋਜਨ ਤੋਂ ਸੱਖਣਾ, ਬਸਨਹੀਨ ਬਸਤਰ ਤੋਂ ਨਗਨ, ਅਸਨਹੀਨ ਬਸਨ ਨਗਨ, ਕਰਤ ਅਰਥ ਨਾ ਜਾਉਣ। ਜਿਹੜਾ ਭੋਜਨ ਤੋਂ ਭੁੱਖਾ ਮਨੁੱਖ ਆ ਕੇ ਮੰਗਦਾ, ਕੋਈ ਬਸਤਰ ਤੋਂ ਹੀਣਾ ਨਗਨ ਆ ਕੇ ਮਨੁੱਖ ਮੰਗਦਾ, ਕਰਤ ਅਰਥ ਨਾ ਜਾਉਣ, ਸੁਸ਼ਾ ਕੋਏ ਨਾ ਜਾਵੀ, ਕੋਈ ਖਾਲੀ ਨਹੀਂ ਜਾਂਦਾ, ਜੋ ਆਵਤ ਹੈ ਭਾਉਣ। ਜਦੋਂ ਗੁਰੂ ਨਾਨਕ ਲੁਟਾਈ ਜਾਂਦੇ ਨੇ ਨਾ, ਸਭ ਨੂੰ ਰਜਾਈ ਜਾਂਦੇ ਨੇ ਤੇ ਸਭ ਦੀਆਂ ਝੋਲੀਆਂ ਭਰੀ ਜਾਂਦੇ ਨੇ, ਤੇ ਬੜਿਆਂ ਨੇ ਨਵਾਬ ਦੇ ਕੋਲ ਸ਼ਿਕਾਇਤਾਂ ਕੀਤੀਆਂ ਜੀ ਤੁਹਾਡਾ ਮੋਦੀ ਖਾਨਾ ਲਟਾ ਦੂਗਾ। ਤੇ ਜਦੋਂ ਰਾਏ ਮੁਨਸੀ ਨੂੰ ਹਿਸਾਬ ਕਰਨ ਲਈ ਲਾਇਆ, ਬੜਿਆਂ ਨੇ ਫਰੇਦਾਂ ਕੀਤੀਆਂ। ਆਪਾਂ ਬਾਲੇ ਵਾਲੀ ਜਨਮ ਸਾਖੀ ਵੀ ਤੁਸਾਂ ਬਹੁਤਿਆਂ ਨੇ ਪੜ੍ਹੀ ਸੁਣੀ ਹੋਣੀ ਆ, ਨਾਨਕ ਪ੍ਰਕਾਸ਼ ਵਿੱਚ ਵੀ ਜ਼ਿਕਰ ਆ, ਗੁਰੂ ਨਾਨਕ ਦੇ ਮੋਦੀ ਖਾਨੇ ਦਾ ਹਿਸਾਬ ਹੋਇਆ ਵੀ ਲੁਟਾਤਾ ਹੋਊ ਘਾਟਾ ਪੈ ਜੂ। ਤੇ ਪਹਿਲੀ ਵਾਰੀ ਜਦੋਂ ਦੇਖਿਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 121 ਰੁਪਏ ਵਾਧਾ ਨਿਕਲੇ। ਫਿਰ ਗੁਰੂ ਨਾਨਕ ਉਵੇਂ ਲਟਾਉਂਦੇ ਨੇ, ਜਿਹੜੇ ਫਰਿਆਦਾਂ ਕਰਨ ਵਾਲੇ, ਪੁਕਾਰਾਂ ਕਰਨ ਵਾਲੇ, ਸ਼ਿਕਾਇਤਾਂ ਕਰਨ ਵਾਲੇ ਸੀ ਉਹਨਾਂ ਨੂੰ ਸ਼ਰਮਿੰਦਗੀ ਹੋਈ, ਫਿਰ ਗੁਰੂ ਨਾਨਕ ਉਵੇਂ ਕਰਦੇ ਨੇ। ਫਿਰ ਦੁਬਾਰੇ ਹਿਸਾਬ ਹੋਇਆ, ਫਿਰ 335 ਰੁਪਏ ਗੁਰੂ ਨਾਨਕ ਦਾ ਵਾਧਾ ਨਿਕਲਿਆ। ਉਹ ਅਖੁੱਟ ਭੰਡਾਰਾ ਗੁਰੂ ਨਾਨਕ ਦਾ, ਕਿਤੇ ਮੁੱਕਣ ਵਾਲਾ ਹੈ, ਕਿਤੇ ਘਾਟਾ ਪੈਣ ਵਾਲਾ ਹੈ। ਮੰਗੀਏ ਉਸ ਸਮਰੱਥ ਗੁਰੂ ਦੇ ਕੋਲੋਂ
ਦੀਦੇ ਭੰਡਾਰੇ ਦੇ ਵਿੱਚੋਂ ਕੁਝ ਮੁੱਕਣ ਵਾਲਾ ਨਹੀਂ। ਪਰ ਸਮਰੱਥ ਗੁਰੂ ਤਾਂ ਸਾਨੂੰ ਮੰਗਣ ਤੋਂ ਰੋਕਦੇ ਨੇ ਸੰਸਾਰੀਆਂ ਕੋਲੋਂ, ਮੰਗੀਏ ਗੁਰੂ ਦੇ ਕੋਲੋਂ। ਗੁਰੂ ਨਾਨਕ ਦਾ ਹੀ ਜ਼ਿਆਦਾ ਸੀ ਇਤਿਹਾਸ ਪੜ੍ਹਦੇ ਆ ਨਾ ਭਾਈ ਮਿਲਿਆ, ਗੁਰੂ ਨਾਨਕ ਨੇ ਵਚਨ ਕੀਤਾ ਮਰਦਾਨੇ ਨੂੰ ਪਹਿਲੀ ਵਾਰ ਜਦੋਂ ਗੁਰੂ ਦਾ ਮਿਲਾਪ ਹੋਇਆ। ਇਤਿਹਾਸ ਦਰਸਾਉਂਦਾ ਹੈ ਮਹਾਰਾਜ ਕਹਿੰਦੇ ਮਰਦਾਨਿਆ ਅੱਜ ਤੋਂ ਬਾਅਦ ਜੋ ਮੰਗਣਾ ਉਹ ਸਾਥੋਂ ਮੰਗ ਲਈ ਪਿਆਰਿਆ, ਕਿਸੇ ਦੁਨਿਆਵੀ ਮਨੁੱਖ ਦੇ ਕੋਲੋਂ ਕੁਝ ਨਹੀਂ ਤੈ ਮੰਗਣਾ। ਤੁਹਾਡੀ ਬਰਾਦਰੀ ਦਾ ਸੁਭਾਅ ਹੈ ਬੜਾ ਕੁਝ ਮੰਗਦੇ ਨੇ, ਦਰ ਦਰ ਦੇ ਉੱਤੇ ਜਾ ਕੇ ਮੰਗਦੇ ਨੇ। ਪਰ ਮਰਦਾਨਿਆ ਹੁਣ ਜੇ ਤੂੰ ਸਾਡਾ ਬਣਿਆ ਨਾ, ਸਾਡੇ ਕੋਲ ਆਏ, ਇਹ ਵਚਨ ਯਾਦ ਰੱਖੀ, ਮੁੜ ਨਾ ਕਦੇ ਕਿਸੇ ਦੇ ਕੋਲੋਂ ਮੰਗੀ। ਅੱਜ ਤੋਂ ਬਾਅਦ ਜੋ ਲੋੜ ਹੋਊ ਸਾਥੋਂ ਮੰਗਣੀ ਅਸੀਂ ਦੇਵਾਂਗੇ। ਤਿੰਨ ਕੁ ਵਚਨ ਗੁਰਦੇਵ ਨੇ ਕਹੇ ਸਨ ਮਰਦਾਨਿਆ ਰੱਬ ਨੂੰ ਨਾ ਭੁਲਾਈ, ਮਰਦਾਨਿਆ ਰੋਮਾਂ ਦੀ ਬੇਅਦ ਵੀ ਨਾ ਕਰੀ। ਸਾਰੀ ਜ਼ਿੰਦਗੀ ਮਰਦਾਨੇ ਨੇ ਗੁਰੂ ਨਾਨਕ ਦੇ ਵਚਨ ਅਖੀਰਲੇ ਸਵਾਸਾਂ ਤੱਕ ਉਹ ਤੋੜ ਨਿਭਾਏ ਨੇ। ਘਰ ਦੇ ਅੰਦਰ ਕੁਝ ਸਮਾਂ ਬੀਤਿਆ, ਇਤਿਹਾਸ ਦਰਸਾਉਂਦਾ ਨਾਨਕ ਪ੍ਰਕਾਸ਼ ਦਾ ਕਥਨ ਹੈ, ਕਹਿੰਦੇ ਭਾਈ ਮਰਦਾਨੇ ਦੀ ਸਪੁੱਤਰੀ ਦਾ ਵਿਆਹ ਆ ਗਿਆ। ਵਿਆਹ ਦੇ ਉੱਤੇ ਤਾਂ ਹੁਣ ਖਰਚ ਹੁੰਦਾ ਨਾ, ਉਸ ਵੇਲੇ ਇਤਿਹਾਸ ਦਾ ਕਥਨ ਹੈ ਭਾਈ ਮਰਦਾਨਾ ਗੁਰੂ ਨਾਨਕ ਕੋਲ ਪਹੁੰਚਿਆ ਸੁਲਤਾਨਪੁਰ, ਜਾ ਕੇ ਗੁਰੂ ਨਾਨਕ ਦੇਵ ਜੀ ਨੂੰ, ਗੁਰੂ ਨਾਨਕ ਨੇ ਜੋ ਰਾਏ ਭੋਏ ਦੀ ਤਲਵੰਡੀ ਜਿਹਨੂੰ ਅੱਜ ਅਸੀਂ ਨਨਕਾਣਾ ਸਾਹਿਬ ਦੇ ਨਾਮ ਨਾਲ ਯਾਦ ਕਰਦੇ ਹਾਂ, ਜਿਹੜੇ ਬਾਲ ਅਵਸਥਾ ਚ ਬਾਲ ਲੀਲਾ ਕਰਦਿਆਂ ਗੁਰੂ ਨਾਨਕ ਨੇ ਮਰਦਾਨੇ ਨੂੰ ਵਚਨ ਕਹੇ ਸੀ ਨਾ, ਉਹ ਵਚਨ ਮਰਦਾਨੇ ਨੇ ਗੁਰੂ ਨਾਨਕ ਨੂੰ ਯਾਦ ਕਰਾਏ ਨੇ। ਇਤਿਹਾਸ ਦਾ ਕਥਨ ਹੈ ਸੁਣੋ ਜਜਬਾਨ ਵਚਨ ਤੁਮ ਭਾਖਾ ਤਜੋ ਅਵਰ ਜਾਚਨ ਅਵਲਾਖਾ। ਮਹਾਰਾਜ ਜਦੋਂ ਮੈਂ ਤੁਹਾਡੇ ਬਾਲ ਲੀਲਾ ਕਰਦਿਆਂ ਦੇ ਕੋਲ ਪਹਿਲੀ ਵਾਰ ਆਇਆ ਸੀ ਨਾ, ਤੁਸਾਂ ਬਾਲ ਸਰੂਪ ਵਿੱਚ ਹੀ ਇਹ ਵਚਨ ਕਹਿਤੇ ਸੀ। ਮਹਾਰਾਜ ਤੁਸੀਂ ਵਚਨ ਕਹੇ ਸੀ ਸੁਣੋ ਜਜਬਾਨ ਵਚਨ ਤੋਂ ਭਾਖਾ, ਤੁਸਾਂ ਨੇ ਮੈਨੂੰ ਕਿਹਾ ਸੀ ਇਹ ਮੇਰੇ ਜਜਮਾਨ ਸਮਰੱਥ ਗੁਰੂ ਜੀ, ਕਿਉਂਕਿ ਜਜਮਾਨ ਹੋਣੇ ਨਾ ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਤੈ ਮੰਗੋ ਦੇਹੋ ਆਪਣਾ ਨਾਮ ਇਹ ਵਾਹਿਗੁਰੂ, ਇਹ ਗੁਰੂ ਨਾਨਕ ਹੈ ਮੇਰੇ ਜਜਮਾਨ, ਸੁਣੋ ਜਜਮਾਨ ਵਚਨ ਤੁਮ ਭਾਖਾ ਤਜੋ ਆਵਰ ਜਾਚਨੇ ਅਵਲਾਖਾ। ਤੁਸਾਂ ਕਿਹਾ ਸੀ ਹੋਰਾਂ ਕੋਲੋਂ ਮੰਗਣ ਦੀ ਇੱਛਾ ਮਰਦਾਨਿਆ ਅੱਜ ਤੋਂ ਛੱਡ ਦੇ। ਮਹਾਰਾਜ ਤੁਹਾਡੇ ਵਚਨ ਸੁਣ ਕੇ ਜਾਂ ਤੇ ਮੈਂ ਨਹਿ ਮੰਗੋ ਕਉ ਤੁਮਰੋ ਵਚਨ ਚਿਤਾਰਤ ਸੋ। ਮਹਾਰਾਜ ਤੁਹਾਡਾ ਵਚਨ ਮੈਂ ਯਾਦ ਰੱਖਿਆ, ਹਰ ਟਾਈਮ ਤੁਹਾਡਾ ਵਚਨ ਮੈਂ ਯਾਦ ਕਰਦਾ ਰਿਹਾ। ਜਾਂ ਤੇ ਮੈਂ ਨਹਿ ਮੰਗੋ ਕਉ ਤੁਮਰੋ ਵਚਨ ਚਿਤਾਰਤ ਸੋ, ਤੁਹਾਡਾ ਵਚਨ ਹਮੇਸ਼ਾ ਯਾਦ ਕਰਦਾ ਰਿਹਾ ਹੈ। ਪਰ ਸਤਿਗੁਰੂ ਔਰ ਚਲਤ ਨੀਕੀ ਗੁਜਰਾਨਾ, ਮਹਾਰਾਜ ਹੋਰ ਤਾਂ ਘਰ ਦਾ ਸਾਰਾ ਗੁਜ਼ਾਰਾ ਚੱਲਦਾ ਰਿਹਾ, ਤਨੀਆਂ ਵਿਆਹਨ ਖਰਚ ਮਹਾਨਾ। ਮਹਾਰਾਜ ਮੇਰੀ ਪੁੱਤਰੀ ਦਾ ਹੁਣ ਵਿਆਹ ਹੈ, ਇਹ ਖਰਚ ਦੀ ਲੋੜ ਹੈ, ਹੁਣ ਲੋੜ ਪੈ ਗਈ ਹੈ ਮੰਗਣ ਦੀ। ਪਰ ਤੁਸਾਂ ਕਿਹਾ ਸੀ ਸਾਡੇ ਕੋਲੋਂ ਮੰਗਣੀ, ਇਸ ਵਾਸਤੇ ਤਾਂ ਕਿ ਸਖਤ ਨਾ ਸਦਨ ਹਮਾਰੇ, ਸਦਨ ਨਾਮ ਘਰ ਦਾ। ਮਹਾਰਾਜ ਹੁਣ ਵਿਆਹ ਕਰਨ ਦੀ ਖਰਚ ਕਰਨ ਦੀ ਉਹ ਸ਼ਕਤੀ ਮੇਰੇ ਘਰ ਵਿੱਚ ਨਹੀਂ ਹੈ, ਜਾਂ ਹਿਤ ਆਇਓ ਨਿਕਟ ਤੁਮਾਰੇ, ਜਿਸ ਕਰਕੇ ਹੁਣ ਗੁਰੂ ਨਾਨਕ ਮੈਂ ਤੁਹਾਡੇ ਕੋਲ ਚੱਲ ਕੇ ਆਏ ਹਾਂ। ਮੇਰੇ ਸਮਰੱਥ ਗੁਰੂ ਨੇ ਉਸੇ ਵੇਲੇ ਭਾਈ ਭਗੀਰਥ ਨੂੰ ਹੁਕਮ ਕੀਤਾ, ਭਾਈ ਭਗੀਰਥ ਜੋ ਕੁਝ ਮਰਦਾਨੇ ਨੂੰ ਇਹਦੀ ਪੁੱਤਰੀ ਦੇ ਵਿਆਹ ਲਈ ਲੋੜੀਂਦਾ ਨਾ, ਸਭ ਕੁਝ ਦੇ ਲੈ ਕੇ ਲਾਹੌਰ ਜਾ ਕੇ। ਸੋ ਇਸ ਵਾਸਤੇ ਸਮਰੱਥ ਗੁਰੂ ਦੇ ਕੋਲੋਂ ਮੰਗੀਏ, ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ, ਵਾਰ ਵਾਰ ਮੰਗਣਾ ਪਵੇ ਉਹਨਾਂ ਕੋਲ ਕੀ ਜਾਣਾਗਾ, ਮੰਗੀਏ ਮੇਰੇ ਸਮਰੱਥ ਗੁਰੂ ਦੇ ਕੋਲੋਂ। ਵੈਸੇ ਫਿਰ ਮੰਗੀਏ ਵੀ ਕੀ, ਗੁਰੂ ਨਾਨਕ ਦੇਵ ਜੀ ਤਾਂ ਕਹਿੰਦੇ ਨੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੋ ਕਿਸ ਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਹੇ ਵਾਹਿਗੁਰੂ ਦੁਨੀਆਂ ਦੇ ਪਦਾਰਥ ਕੁਝ ਥਿਰ ਨਹੀਂ ਰਹਿਣ ਵਾਲੇ, ਜੇ ਦਾਤੇ ਹੋ ਦੇਣ ਲੱਗੇ ਹੋ ਤਾਂ ਨਾਮ ਦੀ ਦਾਤ ਦਿਓ, ਕਿਰਪਾ ਕਰ ਦਿਓ। ਤੋ ਸਮਰੱਥ ਗੁਰੂ ਜੀ ਕਹਿੰਦੇ ਨੇ ਤੁਮ ਦਾਤੇ ਠਾਕੁਰ ਪ੍ਰਤਪਾਲਕ, ਵਾਹਿਗੁਰੂ ਜੀ ਤੁਸੀਂ ਸਾਰਿਆਂ ਦੇ ਮਾਲਕ ਦਾਤੇ, ਸਭ ਦੀ ਪਾਲਣਾ ਕਰਨ ਵਾਲੇ ਹੋ, ਇਥੋਂ ਤੱਕ ਕੇ ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਬਾਰ ਗਣੀ ਮੁਨਗਾਰੈ, ਪਸ ਪਸੂ ਨਗ ਨਾਗ ਨਰਹਤਵ, ਸਰਵ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈ ਥਲ ਮੈ ਪਲ ਮੈ, ਕਲ ਕੇ ਨਹੀਂ ਕਰਮ ਵਿਚਾਰੈ, ਸਾਡੇ ਔਗਣਾ ਨੂੰ ਨਹੀਂ ਦੇਖਦਾ ਫਿਰ ਵੀ ਉਹ ਦੇਈ ਜਾਂਦਾ, ਸਭ ਦੀ ਉਹ ਪਾਲਣਾ ਕਰਨ ਵਾਲਾ, ਉਹ ਤਾਂ ਐਸਾ ਦਾਤਾ ਹੈ
ਸੈਲ ਪੱਤਰ ਮੈਂ ਜਨ ਤੋਂ ਪਾਏ ਤਾਂ ਘਰ ਇਜਕ ਆਗੈ ਕਰ ਧਰਿਆ। ਮਨੁੱਖ ਮਾਤਰ ਕੀ ਸਭ ਜੀਆਂ ਦੀ ਪਾਲਣਾ ਖੁਸ਼ਕ ਪੱਥਰਾਂ ਵਿਚ ਵੀ ਕਰਦਾ। ਉਹ ਸਨ 1995 ਦੇ ਅੰਦਰ 29 ਦਸੰਬਰ ਦੀ ਅਜੀਤ ਅਖਬਾਰ ਦੇ ਵਿਚ ਇਕ ਸਪਲੀਮੈਂਟ ਛਪਿਆ ਸੀ, ਉਹਦੇ ਚ ਜ਼ਿਕਰ ਆਇਆ ਸੀਗਾ ਪਾਕਿਸਤਾਨ ਦੇ ਅੰਦਰ ਰਹਿਣ ਵਾਲਾ ਮੰਗਲਾ ਡੈਮ ਦੇ ਉੱਤੇ ਕੰਮ ਕਰਨ ਵਾਲਾ ਇਕ ਡਰਾਈਵਰ ਪਠਾਨ, ਉਹਨੇ ਦੱਸਿਆ ਸੀਗਾ। ਉਹ ਕਹਿਣ ਲੱਗਿਆ ਗਿਲਗਤ ਦੇ ਨੇੜੇ ਹੀ 10 ਕੁ ਮੀਲ ਤੇ ਦੂਰ ਇਕ ਗਰੀਬ ਬਸਤੀ ਦੇ, ਕਹਿੰਦਾ ਮੈਂ ਛਪਰੀਆਂ ਚ ਰਹਿਣ ਵਾਲਾ ਮੇਰਾ ਪਰਿਵਾਰ। ਕੁਝ ਦਿਨ ਕਹਿੰਦਾ ਮੈਂ ਘਰ ਛੁੱਟੀ ਕੱਟਣ ਵਾਸਤੇ ਗਿਆ, ਸਾਡੇ ਘਰਾਂ ਦੇ ਅੰਦਰ ਕਹਿੰਦਾ ਵੀ ਪੱਥਰ ਦੇ ਤਵਿਆਂ ਦੇ ਉੱਤੇ ਭੋਜਨ ਤਿਆਰ ਕੀਤਾ ਜਾਂਦਾ ਸੀ। ਕਹਿੰਦਾ ਜਦ ਮੈਂ ਘਰ ਗਿਆ, ਕਹਿੰਦਾ ਸ਼ਾਮਾਂ ਦਾ ਟਾਈਮ, ਮੇਰੇ ਘਰ ਵਾਲੀ ਨੇ ਕਹਿੰਦਾ ਮੈਨੂੰ ਪ੍ਰਸ਼ਾਦਾ ਪਕਾਇਆ, ਜਦ ਮੇਰੇ ਅੱਗੇ ਲਿਆ ਕੇ ਰੱਖਿਆ ਤਾਂ ਵਿਚਾਲਿਓ ਪ੍ਰਸ਼ਾਦਾ ਕਹਿੰਦਾ ਕੱਚਾ, ਬਾਕੀ ਸਾਰਾ ਪਾਸਿਆਂ ਤੋਂ ਪੱਕਿਆ ਹੋਇਆ। ਕਹਿੰਦਾ ਮੈਂ ਦੂਜਾ ਪ੍ਰਸ਼ਾਦਾ ਉਠਾਇਆ, ਦੇਖਿਆ ਤਾਂ ਉਹ ਵੀ ਵਿਚਾਲਿਓ ਕੱਚਾ। ਕਹਿੰਦਾ ਮੈਂ ਘਰ ਵਾਲੀ ਨੂੰ ਕਹਿਣ ਲੱਗਿਆ ਇੰਨੇ ਚਿਰ ਬਾਅਦ ਮੈਂ ਆਇਆ ਤੇ ਆਹ ਕੀ ਫੈਸ਼ਨ ਬਣ ਗਿਆ ਵਿਚਾਲਿਓ ਕੱਚੇ ਪ੍ਰਸ਼ਾਦੇ ਪਕਾਵਣ ਦਾ। ਅੱਗੋਂ ਉਹ ਹੱਥ ਜੋੜ ਕੇ ਕਹਿਣ ਲੱਗੀ ਪਤੀ ਜੀ ਪਤਾ ਨੀ ਕੀ ਕਾਰਨ ਹੈ ਤਵਾ ਵਿਚਾਲਿਓ ਸੇਕ ਹੀ ਨੀ ਤਵੇ ਨੂੰ ਪੈਂਦਾ, ਬਾਕੀ ਸਾਰੇ ਅੱਗ ਤਪਿਆ ਹੁੰਦਾ, ਵਿਚਾਲਿਓ ਤਵਾ ਠੰਡਾ ਰਹਿੰਦਾ, ਵਿਚਾਲਿਓ ਪ੍ਰਸ਼ਾਦਾ ਨੀ ਪਕਦਾ। ਉਸ ਵੇਲੇ ਉਹ ਅਖਬਾਰ ਦੇ ਵਿਚ ਜ਼ਿਕਰ ਆਇਆ ਸੀ। ਕਹਿੰਦਾ ਮੈਂ ਉਠਿਆ ਤੇ ਸ਼ੀਘਰ ਹੀ ਉਸ ਤਵੇ ਨੂੰ ਭੰਨਿਆ ਤਾਂ ਵੇਖਿਆ ਕਿ 2 ਇੰਚ ਲੰਮਾ ਇਕ ਕੀੜਾ ਭੂਸਰੇ ਰੰਗ ਦਾ, ਉਹਦੇ ਮੂੰਹ ਵਿਚ ਵੀ ਉਸੇ ਤਰ੍ਹਾਂ ਦੇ ਉਸੇ ਰੰਗ ਦੀ ਇਕ ਪੱਥਰ ਦੀ ਰੋੜੀ ਜੀ। ਤੇ ਕਹਿੰਦਾ ਮੇਰਾ ਖੁਦਾ ਅੱਗੇ ਸਿਰ ਝੁਕ ਗਿਆ ਦੇਖ ਕੇ ਵੀ ਕਿਵੇਂ ਅੱਗ ਦੇ ਅੰਦਰ ਵਾਹਿਗੁਰੂ ਉਹ ਰੱਖਿਆ ਕਰਦਾ ਤੇ ਉਹਦਾ ਰਿਜਕ ਉਹਦੇ ਮੂੰਹ ਵਿਚ ਉਥੇ ਵੀ ਉਹ ਵਾਹਿਗੁਰੂ ਨੇ ਦਿੱਤਾ ਹੋਇਆ ਹੈ। ਇਸ ਕਰਕੇ ਮੇਰੇ ਸਮਰੱਥ ਗੁਰੂ ਜੀ ਕਹਿੰਦੇ ਨੇ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ। ਇਸ ਵਾਸਤੇ ਗੁਰਸੰਗਤ ਜੀ ਉਹ ਐਸਾ ਠਾਕਰ ਪ੍ਰਤਪਾਲਕ ਹੈ, ਕੱਲੇ ਮਨੁੱਖ ਮਾਤਰ ਦੀ ਪਾਲਣਾ ਕਰਨ ਵਾਲਾ ਨਹੀਂ, ਉਹ ਸਮੁੱਚੀ ਰਚਨਾ ਦੀ ਪਾਲਣਾ ਕਰਦਾ, ਸੂਖਮ ਸਥੂਲ ਸਾਰੇ ਜੀਆਂ ਜਨਤਾ ਦੀ। ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਉਹ ਨਾਇਕ ਹੈ, ਸਭ ਦਾ ਸਵਾਮੀ ਮਾਲਕ ਹੈ। ਉਹ ਨਾਇਕ ਆਗੂ ਨੂੰ ਕਹਿੰਦੇ ਨੇ। ਬਨਜਾਰਿਆਂ ਦੇ ਦੇਸ਼ ਦਾ ਇਤਿਹਾਸ ਜਦ ਅਸੀਂ ਪੜ੍ਹਦੇ ਹਾਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਅੰਦਰ ਉਥੋਂ ਦਾ ਜ਼ਿਕਰ ਆਉਂਦਾ ਹੈ। ਉਹਨਾਂ ਦੇ ਜਿਹੜਾ ਮੁਖੀ ਸੀ ਜਿਹਦਾ ਸਾਰਿਆਂ ਤੇ ਹੁਕਮ ਚੱਲਦਾ, ਜੋ ਉਹਦੇ ਕਹਿਣੇ ਚ ਚੱਲਦੇ ਉਹਨੂੰ ਨਾਇਕ ਕਹਿੰਦੇ ਸਨ, ਪਰ ਉਹ ਵਾਹਿਗੁਰੂ ਦਾ ਸਾਰਿਆਂ ਤੇ ਹੁਕਮ ਚੱਲਦਾ, ਸਾਰੀ ਲੋਕਾਈ ਦੇ ਉੱਤੇ ਉਹਦਾ ਹੁਕਮ ਚੱਲਦਾ, ਉਹ ਨਾਇਕ ਹੈ। ਮੇਰੇ ਸਮਰੱਥ ਗੁਰੂ ਜੀ ਕਹਿੰਦੇ ਨਾਇਕ ਖਸਮ ਹਮਾਰੇ, ਤੇ ਸਾਡਾ ਵੀ ਮਾਲਕ ਹੈ, ਉਹ ਸਾਰੀ ਲੋਕਾਈ ਦਾ ਮਾਲਕ ਸਾਡਾ ਵੀ ਮਾਲਕ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਹੇ ਵਾਹਿਗੁਰੂ ਜੀ ਤੁਸੀਂ ਦਾਤੇ ਹੋ ਸਾਰਿਆਂ ਦੀ ਪਾਲਣਾ ਕਰਨ ਵਾਲੇ, ਸੰਸਾਰ ਦੀ ਉਤਪਤੀ ਲੈਤਾ ਪਾਲਣਾ ਕਰਨ ਵਾਲੇ ਅਤੇ ਸਾਰਿਆਂ ਦੇ ਮੁਖੀ ਸਾਰਿਆਂ ਦੇ ਆਗੂ ਸਾਡੇ ਮਾਲਕ ਹਾਂ। ਥੋੜੇ ਥੋੜੇ ਸਮੇਂ ਦੇ ਅੰਦਰ ਵਾਹਿਗੁਰੂ ਜੀ ਤੁਸੀਂ ਹੀ ਸਾਡੀ ਸਾਰਿਆਂ ਦੀ ਪਾਲਣਾ ਕਰਦੇ ਹਾਂ। ਬਾਰਕ ਤੁਮਰੇ ਧਾਰੇ, ਵਾਹਿਗੁਰੂ ਜੀ ਅਸੀਂ ਤਾਂ ਬਾਰਕ ਬੱਚੇ ਹਾਂ, ਤੁਹਾਡੇ ਹੀ ਪੈਦਾ ਕੀਤੇ ਸਥਾਪਨ ਕੀਤੇ ਹਾਂ, ਤੁਹਾਡੇ ਹੀ ਆਸਰੇ ਤੇ ਜੀਣ ਵਾਲੇ ਹਾਂ। ਵਾਹਿਗੁਰੂ ਅਸੀਂ ਬੱਚੇ ਹਾਂ, ਤੁਸੀਂ ਸਾਡੇ ਪਿਤਾ ਹੋ, ਤੂੰ ਠਾਕੁਰ ਵਾਹਿਗੁਰੂ ਤੂੰ ਮਾਲਕ ਹੈ, ਅਸੀਂ ਬਾਰਕ ਤੁਮਰੇ ਧਾਰੇ ਤੁਹਾਡੇ ਆਸਰੇ ਤੇ ਰਹਿਣ ਵਾਲੇ ਜੀਣ ਵਾਲੇ ਅਸੀਂ ਤੁਹਾਡੇ ਬੱਚੇ ਹਾਂ। ਬਾਰਕ ਤੁਮਰੇ ਧਾਰੇ, ਅਸੀਂ ਬੱਚੇ ਤੁਹਾਡੇ ਆਸਰੇ ਤੇ, ਕਿਉਂਕਿ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ, ਐਸਾ ਸਾਡਾ ਬਾਪ ਹੈ ਉਹ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ। ਤਿਸ ਬਾਰਕ ਭੂਖ ਕੈਸੀ, ਜਿਹਦਾ ਵਾਹਿਗੁਰੂ ਮਾਲਕ ਪਿਤਾ ਹੈ ਸਾਡਾ, ਫਿਰ ਉਸ ਬੱਚੇ ਨੂੰ ਭੁੱਖ ਕਿੱਥੇ ਲੱਗਣੀ ਆ। ਉਹ ਵਾਹਿਗੁਰੂ ਐਸਾ ਰਾਜਾ ਸਾਡਾ ਮਾਲਕ ਹੈ। ਉਹ ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਹਮ ਬਾਰਕ ਤੁਮਰੇ ਧਾਰੇ, ਅਸੀਂ ਤੁਹਾਡੇ ਆਸਰੇ ਤੇ ਜੀਣ ਵਾਲੇ ਤੁਹਾਡੇ ਬੱਚੇ ਹਾਂ। ਕਵਨ ਗੁਣ ਕਹੀਆ, ਵਾਹਿਗੁਰੂ ਜੀ ਸਾਡੀ ਜੀਭਾ ਇੱਕ ਹੈ, ਕਵਨ ਗੁਣ ਕਹੀਆ, ਅਸੀਂ ਤੇਰੇ ਕਿਹੜੇ ਕਿਹੜੇ ਗੁਣ ਕਹਿਣਾ ਕਰੀਏ, ਤੇਰੇ ਗੁਣ ਸਮਗਰ ਕਹੇ ਨੀ ਜਾ ਸਕਦੇ ਹਨ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਜੇਵਾ ਏਕ ਕਵਨ ਗੁਣ ਕਹੀ ਹੈ, ਤੇਰੇ ਸਮਗਰ ਗੁਣ ਕਹੇ ਨੀ ਜਾ ਸਕਦੇ।
ਤੇਰੇ ਗੁਣ ਕਹਿਣ ਤੋਂ ਪਰੇ ਹਨ। ਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਆ। ਹੇ ਬੇਅੰਤ ਸੁਆਮੀ ਮਾਲਕ, ਤੇਰੇ ਗੁਣਾਂ ਦੀ ਬੇਸੁਮਾਰ ਗਿਣਤੀ ਨੀ ਆ ਸਕਦੀ ਹੋ ਸਕਦੀ। ਤੂੰ ਬੇਸੁਮਾਰ ਹੈ, ਬੇਥਾਰ ਹੈ, ਅਣਗਿਣਤ ਹਨ ਤੇਰੇ ਗੁਣ। ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਆ। ਤੇਰਾ ਕਿਸੇ ਨੇ ਅੰਤ ਨੀ ਲਾਇਆ ਪਾਇਆ, ਤੇਰਾ ਅੰਤ ਕੋਈ ਪਾ ਨਹੀਂ ਸਕਦਾ। ਅੰਤ ਨਾ ਪਾਵਤ ਦੇਵ ਸਭੈ ਮੁਨ ਇੰਦਰ ਮਹਾ ਸਿਵ ਜੋਗ ਕਰੀ। ਹੁਣ ਵੇਦ ਬ੍ਰੰਥ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਘਰੀ। ਮਥੁਰਾ ਜਨਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕਹੋ ਗੁਰਜੋਤ ਅਰਜਨ ਮਾਹੇ ਧਰੀ। ਤੇਰੋ ਅੰਤ ਨਾ ਕਿਨਹੀ ਲਹੀ ਹੈ, ਤੇਰਾ ਅੰਤ ਕਿਸੇ ਨੇ ਨੀ ਪਾਇਆ, ਉਹਦਾ ਅੰਤ ਕੋਈ ਪਾ ਨਹੀਂ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੁੱਛਿਆ, ਕਹਿੰਦੇ ਜੀ ਉਹਦਾ ਅੰਤ ਪਾਉਣ ਦਾ ਕਿਸੇ ਨੇ ਯਤਨ ਹੀ ਨਹੀਂ ਕੀਤਾ ਕਿ ਕੋਈ ਪਾ ਹੀ ਨਹੀਂ ਸਕਦਾ। ਤਾਂ ਸਮਰੱਥ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਪਾਂ ਅੰਮ੍ਰਿਤ ਬਚਨ, ਅੰਮ੍ਰਿਤ ਬਾਣੀ, ਨਿਤਨੇਮ ਦੀ ਬਾਣੀ ਚ ਜਪਜੀ ਸਾਹਿਬ ਦੇ ਅੰਦਰ ਹਰ ਰੋਜ਼ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ। ਮਹਾਰਾਜ ਕਹਿੰਦੇ ਬੜੇ ਯਤਨ ਕਰਦੇ ਨੇ, ਬੜਾ ਬਰਲਾਪ ਕਰਦੇ ਨੇ, ਥੱਕ ਗਏ ਅੰਤ ਪਾਉਣ ਵਾਲੇ ਉਹਦਾ, ਪਰ ਉਹਦਾ ਅੰਤ ਕੋਈ ਪਾ ਨਹੀਂ ਸਕਿਆ। ਕਿਸੇ ਤਰ੍ਹਾਂ ਉਹਦਾ ਅੰਤ ਨਹੀਂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਹ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪਿਆ ਕਿਆ ਮਨ ਮੰਤ, ਉਹਦਾ ਕਿਸੇ ਤਰ੍ਹਾਂ ਅੰਤ ਆ ਹੀ ਨਹੀਂ ਸਕਦਾ। ਉਹ ਬੇਅੰਤ ਹੈ ਤਾਂ ਕਿ ਅੰਤ ਨਾ ਪਾਏ ਜਾਏ, ਨਹੀਂ ਪਾਏ ਜਾ ਸਕਦੇ ਅੰਤ। ਹਾਂ ਗੁਰੂ ਪਿਆਰਿਓ, ਜੇ ਕੋਈ ਕਹਿ ਵੀ ਮੈਂ ਸਮੁੰਦਰ ਦਾ ਅੰਤ ਪਾ ਲੂ, ਮੱਛੀ ਜੇ ਕਹੇ, ਕਦਾ ਚਿੱਤ ਨਹੀਂ। ਮੱਛੀ ਦਾ ਜੀਵਨ ਆਧਾਰ ਹੀ ਪਾਣੀ ਹੈ, ਜਲ ਹੈ। ਸਮੁੰਦਰ ਚ ਰਹਿੰਦੀ ਆ ਤਾਂ ਮੱਛੀ ਉਹ ਜੀਂਦੀ ਹੈ, ਉਹ ਤੋਂ ਬਾਹਰ ਉਹਦਾ ਜੀਵਨ ਨਹੀਂ। ਪਰ ਮੱਛੀ ਜਿਉਂ ਜਿਉਂ ਉਹਦੇ ਚ ਡੂੰਘਾਈ ਚ ਟੁੱਬੀਆਂ ਲਾਊ, ਉਹ ਆਨੰਦ ਮਾਣਦੀ ਆ, ਪਰ ਮੱਛੀ ਅੰਤ ਨਹੀਂ ਪਾ ਸਕਦੀ। ਇਸੇ ਤਰ੍ਹਾਂ ਜੀਵ ਜਗਿਆਸੂ ਰੂਪ ਮੱਛੀ, ਵਾਹਿਗੁਰੂ ਰੂਪ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ। ਉਹਦੀ ਸਿਫਤ ਸਲਾਂਘਾ ਕਰਨ ਰੂਪ ਟੁੱਬੀਆਂ ਹੀ ਮਾਰੀਆਂ ਜਾ ਸਕਦੀਆਂ ਨੇ। ਜਿਵੇਂ ਉਹ ਅਨਾਥ ਪੰਡਿਤ ਜੀ ਨੇ ਵਿਚਾਰ ਮਾਲਾ ਵਿੱਚ ਲਿਖਿਆ, ਚੱਲੀ ਪੁਤਲੀ ਲੂਣ ਦੀ ਥਾ ਸਿੰਧ ਕੀ ਲੈਣ, ਨਾਥ ਆਪ ਆਪੈ ਭਈ ਪਲਟ ਕਹਿ ਕੋ ਵੈਨ। ਕਹਿੰਦੇ ਲੂਣ ਦਾ ਡਲਾ ਸਮੁੰਦਰ ਦੇ ਅੰਦਰ ਪਾਇਆ ਗਿਆ ਤੇ ਆ ਕਹਿਣ ਲੱਗਿਆ ਵੀ ਮੈਂ ਕੋਈ ਨਾ ਜਾ ਕੇ ਆ ਕੇ ਪਰਤ ਕੇ ਦੱਸਾਂਗਾ ਵੀ ਸਮੁੰਦਰ ਕਿੰਨਾ ਕੁ ਡੂੰਘਾ ਹੈ, ਕਿੰਨਾ ਕੁ ਚੌੜਾ। ਹੁਣ ਜਿਹੜਾ ਲੂਣ ਬਣੇ ਪਾਣੀ ਤੋਂ ਆ, ਤੇ ਉਹ ਕਿਤੇ ਵਾਪਸ ਆ ਕੇ ਦੱਸੇਗਾ। ਅਨਾਥ ਜੀ ਲਿਖਦੇ ਨੇ, ਕਹਿੰਦੇ ਚੱਲੀ ਪੁਤਲੀ ਲੂਣ ਦੀ ਥਾ ਸਿੰਧ ਕੀ ਲੈਣ, ਥਾ ਪਾਉਣ ਵਾਸਤੇ ਅੰਤ ਪਾਉਣ ਵਾਸਤੇ ਚੱਲੀ ਸੀ, ਨਾਥ ਆਪ ਆਪਾ ਪਈ, ਉਹ ਆਪ ਹੀ ਸਮੁੰਦਰ ਬਣ ਗਈ। ਸਮੁੰਦਰ ਜੀ ਖੁੱਲ ਕੇ ਸਮੁੰਦਰ ਦਾ ਰੂਪ ਹੋ ਗਈ। ਪਲਟ ਕਹਿ ਕੋ ਬੈਨ, ਕੌਣ ਆ ਕੇ ਦੱਸੇ ਵੀ ਸਮੁੰਦਰ ਇੰਨਾ ਡੂੰਘਾ, ਇੰਨਾ ਕਚੌੜਾ ਹੈ। ਜਿਹੜੇ ਉਹਦੀ ਸਿਫਤ ਸਲਾਂਘਾ ਕਰਨ ਵਾਲੇ ਨੇ, ਉਹ ਫਿਰ ਉਹਦਾ ਰੂਪ ਹੀ ਹੋ ਜਾਂਦੇ ਨੇ, ਮੁੜ ਕੇ ਉਹ ਦੱਸ ਨਹੀਂ ਸਕਦੇ, ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਕਹੋ ਕਬੀਰ ਗੁੰਗੇ ਗੁੜ ਖਾਇਆ, ਪੁੱਛੇ ਤੇ ਕਿਹਾ ਕਹੀ ਹੈ। ਜਿਹੜੇ ਉਹਦੇ ਚ ਟੁੱਬੀਆਂ ਲਾਉਣ ਵਾਲੇ ਨੇ ਨਾ, ਉਹਦੀ ਸਿਫਤ ਸਲਾਂਘਾ ਕਰਨ ਵਾਲੇ ਨੇ, ਜੇ ਪੁੱਛੀਏ ਵੀ ਉਹ ਕਿੱਡਾ ਕਹਿ ਕਿਉਂ ਜੈ, ਬਸ ਉਹ ਆਨੰਦੀ। ਉਹ ਤਾਂ ਜਿਵੇਂ ਗੁੰਗੇ ਨੂੰ ਪੁੱਛੀਏ ਵੀ ਕਿੰਨਾ ਕੁ ਸਵਾਦ ਆਇਆ, ਉਹ ਤਾਂ ਉਦਾਂ ਉਹਦੇ ਚਿਹਰੇ ਤੋਂ ਅਨੁਭਵ ਕੀਤਾ ਜਾਊ ਵੀ ਇਹਨੂੰ ਬੜਾ ਮਿੱਠਾ ਲੱਗਿਆ, ਉੱਪਰ ਬੋਲ ਹੀ ਨਹੀਂ ਸਕਦਾ, ਦੱਸੂ ਕਿੱਥੋਂ ਵਿਚਾਰਾ। ਜਿਹੜੇ ਰੱਬ ਦੇ ਪਿਆਰੇ ਨੇ ਉਹ ਫਿਰ ਕਹਿ ਨਹੀਂ ਸਕਦੇ, ਕਿਉਂਕਿ ਸੁਣ ਵੱਡਾ ਆਖਾ ਸਭ ਕੋਏ, ਕੇਵਟ ਵੱਡਾ ਡਿੱਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਉਹਦੇ ਚ ਉਹ ਭੇਦ ਹੋ ਜਾਂਦੇ ਨੇ ਉਹਦੀ ਸਿਫਤ ਕਰਨ ਵਾਲੇ। ਇਸ ਵਾਸਤੇ ਸਮਰੱਥ ਗੁਰੂ ਜੀ ਕਹਿੰਦੇ ਹਨ, ਤਾਂ ਕਿ ਅੰਤ ਨਾ ਪਾਏ ਜਾਏ, ਤਾਂ ਅੰਤ ਨਾ ਕਿਹੜੀ ਲਈ ਹੈ, ਉਹਦਾ ਅੰਤ ਕਿਸੇ ਨੇ ਨਹੀਂ ਜਾਣਿਆ ਹੈ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਓਟ ਪਰਾਧ ਹਮਾਰੇ ਖੰਡੋ ਹੋ। ਵਾਹਿਗੁਰੂ ਜੀ, ਅਸੀਂ ਬੇਅੰਤ ਗੁਨਾਹਗਾਰ ਹਾਂ, ਸਾਡੇ ਕਰੋੜਾਂ ਅਪਰਾਧ ਹਨ। ਹੋ ਅਪਰਾਧੀ ਗੁਨਾਹਗਾਰ, ਹੋ ਬੇਮੁਖ ਮੰਦਾ, ਚੋਰ ਜਾਰ ਜਵਾਰ, ਹੋ ਭਰ ਕਰ ਜੋ ਹੰਦਾ। ਹੇ ਮਾਲਕ ਅਨੰਤ, ਸਾਡੇ ਐਸੇ ਪ੍ਰਾਲ ਖੰਡਨਾ ਕਰੋ, ਦੂਰ ਕਰੋ, ਨਾਸ ਕਰੋ। ਅਨਕ ਵਿਧੀ ਸਮਝਾਓ, ਅਨੇਕਾਂ ਵਿਧੀ ਢੰਗਾਂ ਤਰੀਕਿਆਂ ਦੇ ਨਾਲ ਆਪ ਕਿਰਪਾ ਕਰੋ, ਸਮਝਾਓ। ਉਹ ਮਾਲਕ ਸਮਰੱਥ ਦਾਤਾ ਸਾਡੇ ਕਰੋੜਾਂ ਅਪਰਾਧ ਖੰਡਦਾ, ਅਨੇਕਾਂ ਤਰੀਕਿਆਂ ਨਾਲ ਸਾਨੂੰ ਸਮਰਥ ਬਖਸ਼ਦਾ। ਮਨੁੱਖ ਸੁਚੇਤ ਹੋ, ਇਧਰੋਂ ਬਚ ਸਾਵਧਾਨ ਹੋ, ਜੀਵਨ ਸਫਲਾ ਕਰ। ਇਧਰ ਨੂੰ ਜਾਏਗਾ ਤੇਰਾ ਜੀਵਨ ਗਰਕ ਹੋ ਜਾਵੇਗਾ,
ਉਹ ਬਹੁਤ ਤਰ੍ਹਾਂ ਨਾਲ ਸਮਝਾਉਂਦਾ ਹੈ। ਹਮ ਅਗਿਆਨ ਅਲਪ ਮਤ ਥੋੜੀ, ਪਰ ਵਾਹਿਗੁਰੂ ਜੀ ਅਸੀਂ ਅਗਿਆਨੀ ਆ, ਅਲਪ ਮਤ ਥੋੜੀ, ਸਾਡੀ ਥੋੜੀ ਤੋਂ ਥੋੜੀ ਤੁਸ਼ ਬੁੱਧੀ ਹੈ। ਤੁਮ ਆਪਣ ਬਿਰਦ ਰਖਾਵੋ, ਆਪਣਾ ਬਿਰਦ, ਆਪਣਾ ਕਦੀਮੀ ਸੁਭਾਅ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸਵਾਮੀ ਸੰਧਾ, ਆਪਣੇ ਬਿਰਦ ਨੂੰ ਸੰਭਾਲਣਾ ਕਰੋ। ਤੁਮਰੀ ਸਾਰਣ ਤੁਮਾਰੀ ਆਸਾ, ਅਸੀਂ ਤੁਹਾਡੀ ਸ਼ਰਨ ਵਿਚ ਆ ਪਏ ਆ, ਇੱਕ ਤੁਹਾਡੀ ਆਸਾ ਮਨ ਵਿਚ ਧਾਰੀ ਆ, ਹੋਰ ਸਾਰੀਆਂ ਦੀਆਂ ਆਸਾਂ ਛੱਡ ਦਿੱਤੀਆਂ ਹਨ। ਤੁਮ ਹੀ ਸੱਜਣ ਸੁਹੇਲੇ, ਸਾਡੇ ਸੁਹੇਲੇ, ਸੁਖਦਾਈ ਸੱਜੇ ਸੱਚੇ ਸੱਜਣ ਹੋ ਲੋਕ ਪ੍ਰਲੋਕ ਦੇ, ਕੋਈ ਝੂਠੇ ਸੱਜਣ ਨਹੀਂ, ਤੁਸੀਂ ਸਾਡੇ ਸੱਚੇ ਸੱਜਣ ਹੋ। ਸੱਚਾ ਸੱਜਣ ਗੁਰੂ ਹੈ ਸੱਜਣ, ਸੱਚਾ ਪਾਤਸ਼ਾਹ ਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹੋ। ਤੁਮ ਹੀ ਸੱਜਣ ਸੁਹੇਲੇ, ਤੁਸੀਂ ਲੋਕ ਪ੍ਰਲੋਕ ਦੇ ਸੁਖ ਦੇਣ ਵਾਲੇ, ਰੱਖਿਆ ਕਰਨ ਵਾਲੇ, ਸਹਾਇਤਾ ਕਰਨ ਵਾਲੇ, ਸੁਖਦਾਈ ਸੱਚੇ ਸੱਜਣ ਹੋ। ਰਾਖਣ ਹਾਰ ਦਇਆਲਾ, ਹੇ ਦਿਆਲੂ, ਹੇ ਵਾਹਿਗੁਰੂ, ਰੱਖਿਆ ਕਰਨ ਵਾਲੇ ਮਾਲਕ, ਤੁਹਾਡੀ ਸ਼ਰਨ ਚ ਆਪ ਹੁਣ ਰੱਖਿਆ ਕਰਨਾ ਕਰੋ, ਰੱਖ ਲੋ। ਨਾਨਕ ਘਰ ਕੇ ਗੋਲੇ, ਤਾਂ ਕਰਦਿਆਂ ਹਜ਼ੂਰ ਕਹਿੰਦੇ ਨੇ ਮਾਲਕ ਅਸੀਂ ਤੇਰੇ ਦਰ ਦੇ ਘਰ ਦੇ ਗੋਲੇ ਹਾਂ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਉਸਤ ਭਾਗਾ, ਗੁਰ ਕੀ ਬਚਨੀ ਹਾਟ ਵਿਕਾਨਾ, ਜਿਤ ਲਾਇਆ ਤਿਤ ਲਾਗਾ। ਹੈ ਵਾਹਿਗੁਰੂ ਤੇਰੇ ਗੋਲੇ ਆ, ਗੁਲਾਮ ਆ, ਖਰੀਦੇ ਹੋਏ ਆ, ਬੈ ਖਰੀਦ ਹੋ ਦਾਸਰੋ ਤੇਰਾ, ਵਾਹਿਗੁਰੂ ਮੈਂ ਤੇ ਤੇਰਾ ਵੈ ਖਰੀਦਿਆ ਹੋਇਆ ਹਾਂ, ਪਰ ਤੇਰਾ ਦਾਸ ਆ, ਨੌਕਰਾਂ, ਰੱਖ ਲਾ ਕਿਰਪਾ ਕਰ। ਪਾਵਨ ਸ਼ਬਦ ਦੇ ਵਿਚਾਰ ਜੋ ਸੁਣੀ ਆ ਗੁਰ ਸੰਗਤ ਜੀ ਹਿਰਦੇ ਚ ਥਾਂ ਦੇਈਏ, ਸਤਿਗੁਰੂ ਕਿਰਪਾ ਕਰਨਗੇ, ਲੋਕ ਸੁਖੀ, ਪਰਲੋਕ ਸੁਹੇਲੇ ਦੀ ਪ੍ਰਾਪਤੀ ਹੋਵੇਗੀ। ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਫੁੱਲਾਂ ਹੋਈਆਂ ਹੋਣਗੀਆਂ, ਸਤਿਗੁਰੂ ਬਖਸ਼ ਲੈਣ, ਆਪ ਸੰਗਤ ਨੇ ਖਿਮਾ ਕਰ ਦੇਣੀ। ਆਓ ਅਖੀਰਲੀਆਂ ਪੰਕਤੀਆਂ ਪੜ ਸੁਣ ਲਈਏ, ਫਿਰ ਫਤਿਹ ਪ੍ਰਵਾਨ ਕਰਨੀ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਬੋਲੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।